ਬੱਚਾ ਖਾਣਾ ਖਾ ਰਿਹਾ ਹੁੰਦਾ ਹੈ, ਮਦਰ ਅੱਗੇ ਜਾਂ ਫਾਦਰ ਅੱਗੇ ਸਕਰੀਨ ਰੱਖਦੇ ਹੈ, ਇੱਕ ਚਮਚ ਆਉਂਦਾ ਹੈ ਉਹ ਖਾਣਾ ਖਿਲਾ ਰਹੇ ਹੁੰਦੇ ਹੈ, ਦੇਰ ਇਜ਼ ਨੋ ਲਵ ਔਰ ਕਨੈਕਸ਼ਨ ਵਿਦ ਦ ਫੂਡ। ਸਾਡੇ ਬੱਚੇ ਨੂੰ ਭੁੱਖ ਨਹੀਂ ਲੱਗਦੀ ਜਾਂ ਸਾਡਾ ਬੱਚਾ ਸਿਰਫ ਕੁਰਕੁਰੇ ਚਿਪਸ ਜਾਂ ਬਿਸਕਿਟ ਖਾਂਦਾ ਐਂਡ ਉਹ ਰੋਟੀ ਨਹੀਂ ਖਾ ਰਿਹਾ, ਉਹ ਸਬਜ਼ੀ ਨਹੀਂ ਖਾ ਰਿਹਾ, ਫਰੂਟ ਤਾਂ ਉਹ ਟੱਚ ਵੀ ਨਹੀਂ ਕਰਦਾ। ਇੱਦਾਂ ਦੇ ਇਸ਼ੂਜ਼ ਬਹੁਤ ਜ਼ਿਆਦਾ ਆ ਰਹੇ, ਸਪੀਚ ਡਿਲੇਜ਼, ਹਾਈਪਰ ਐਕਟੀਵਿਟੀ, ਅਗਰੈਸ਼ਨ, ਇਹਦੇ ਕੇਸਿਸ ਵੀ ਬਹੁਤ ਜ਼ਿਆਦਾ ਆ ਰਹੇ ਹਨ ਹੁਣ ਅੱਜ ਕੱਲ੍ਹ। ਅਸੀਂ ਇੰਨਾ ਕੁਛ ਪੜ੍ਹਦੇ ਹਾਂ, ਅਸੀਂ ਕੋਈ ਵੀ ਪ੍ਰੋਡਕਟ ਖਰੀਦਦੇ ਹਾਂ, ਅਸੀਂ ਰਿਵਿਊ ਪੜ੍ਹਦੇ ਹਾਂ, ਅਸੀਂ ਖਾਣ ਬਾਰੇ ਲੇਬਲ ਕਿਉਂ ਨਹੀਂ ਪੜ੍ਹਦੇ? ਇੱਦਾਂ ਦਾ ਕਿਉਂ ਹੈ ਕਿ ਗਵਰਨਮੈਂਟ ਨੂੰ ਦੱਸਣਾ ਪਿਆ ਕਿ ਬਈ ਸੈਰਲੈਕ 'ਚ ਸ਼ੂਗਰ ਹੈ, ਉਹਨਾਂ ਨੇ ਤਾਂ ਲਿਖਿਆ ਹੋਇਆ ਪਿੱਛੇ ਪੈਕਟ 'ਚ। ਫੁੱਲ ਜਾਂ ਇਹ ਮੁਹਾਵਰਾ ਹੈ, ਜੇ ਅਸੀਂ ਆਪਣੇ ਖਾਣੇ ਨੂੰ ਦਵਾਈ ਦੀ ਤਰ੍ਹਾਂ ਲੈਣਾ ਸ਼ੁਰੂ ਕਰ ਦਈਏ ਨਾ, ਸਾਨੂੰ ਦਵਾਈ ਦੀ ਲੋੜ ਨਹੀਂ ਪਏ। ਕਿਸੇ ਵੀ ਚੀਜ਼ ਦੇ ਵਿੱਚ 10 ਗੁਣਾ ਸਾਲਟ ਜਾਂ 10 ਗੁਣਾ ਸ਼ੂਗਰ ਹੋਏਗੀ, ਇਟ ਵਿਲ ਬਿਕਮ ਵੈਰੀ ਵੈਰੀ ਅਡਿਕਟਿਵ, ਸਾਨੂੰ ਦੂਜਾ ਖਾਣਾ ਜਿਹੜਾ ਹੈ ਉਹ ਫਿੱਕਾ ਲੱਗਣੇ ਲੱਗ ਜਾਏਗਾ। ਸੋ ਇਹਦਾ ਇੱਕ ਸਿੰਪਲ ਸੋਲਿਊਸ਼ਨ ਹੈ, ਘਰ 'ਚ ਆ ਹੀ ਨਹੀਂ ਸਕਦਾ। ਹੁਣ ਸਭ ਦੀ ਆਦਤ ਹੈ ਕਿ ਜੋ ਕੋਈ ਬੈੱਡ 'ਤੇ ਬਹਿੰਦਾ ਹੈ, ਐਟਲੀਸਟ ਹਾਫ ਐਨ ਆਵਰ ਟੂ 1 ਆਵਰ ਡੈਡ ਸਕਰੋਲਿੰਗ ਹੁੰਦੀ ਹੈ, ਤੁਸੀਂ ਬਸ ਸਕਰੋਲਿੰਗ ਕਰੀ ਜਾ ਰਹੇ ਹੋ, ਬਹੁਤ ਜ਼ਿਆਦਾ ਇਫੈਕਟ ਹੋ ਰਿਹਾ ਮਾਇੰਡ ਨੂੰ, ਜਿਹੜਾ ਹੈ ਰੈਸਟ ਨਹੀਂ ਮਿਲ ਰਿਹਾ ਹੈ। ਜਿਹੜਾ ਖਾਣਾ ਅਸੀਂ ਖਾ ਰਹੇ ਹਾਂ ਉਹਦੇ ਸਾਈਡ ਇਫੈਕਟਸ ਬਾਰੇ ਅਸੀਂ ਕਦੇ ਨਹੀਂ ਗੱਲ ਕਰਦੇ, ਮੈਗੀਜ਼, ਚਿਪਸ, ਉਹਦੇ ਬਾਰੇ ਕੋਈ ਸਾਨੂੰ ਨਹੀਂ ਪਰਵਾਹ ਆ ਰਹੀ, ਬਟ ਮੈਡੀਸਨ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਿਤ ਹੋ ਜਾਂਦੇ ਆ। ਸਕਰੀਨ ਟਾਈਮ ਇਜ਼ ਨੋਟ ਅਲਾਊਡ ਟਿਲ 2 ਈਅਰਸ ਆਫ ਏਜ, ਇਹ ਤਾਂ ਰਿਟਨ ਗਾਈਡਲਾਈਨਸ ਹੈ, ਸਾਡੀ ਆਈਜ਼ ਬਣੀ ਨਹੀਂ ਹੈ ਇੰਨੇ ਪਾਸ ਟੀਵੀ ਜਾਂ ਸਕਰੀਨ ਦੇਖਣ ਲਈ। ਸਤਿ ਸ਼੍ਰੀ ਅਕਾਲ, ਤੁਸੀਂ ਲਿਵਿੰਗ ਇੰਡੀਆ ਦੇਖ ਰਹੇ ਹੋ ਅਤੇ ਅੱਜ ਅਸੀਂ ਤੁਹਾਡੇ ਲਈ ਇੱਕ ਖਾਸ ਵੀਡੀਓ ਲੈ ਕੇ ਹਾਜ਼ਰ ਹਾਂ। ਇਹਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਲਾਈਫ ਸਟਾਈਲ ਜਿਵੇਂ ਲੋਕਾਂ ਦਾ ਬਦਲ ਰਿਹਾ, ਬੱਚਿਆਂ ਦਾ ਬਦਲ ਰਿਹਾ, ਉਹਦੇ ਉਹਨਾਂ ਦੀ ਹੈਲਥ 'ਤੇ ਕੀ ਇੰਪੈਕਟ ਨੇ ਅਤੇ ਕਿੱਦਾਂ ਉਹ ਚੀਜ਼ਾਂ ਨੂੰ ਆਪਾਂ ਇੰਪਰੂਵ ਕਰ ਸਕਦੇ, ਕਿੱਦਾਂ ਕੋਪ ਕਰ ਸਕਦੇ ਹਾਂ। ਅਤੇ ਜਿਵੇਂ ਜੰਕ ਫੂਡ ਦਾ ਬਹੁਤ ਰਿਵਾਜ਼ ਚੱਲ ਰਿਹਾ ਅਤੇ ਉਸ ਦਾ ਸਿਹਤ 'ਤੇ ਕਿੰਨਾ ਬੁਰਾ ਇੰਪੈਕਟ ਪੈਂਦਾ, ਇਹਨਾਂ ਚੀਜ਼ਾਂ ਬਾਰੇ ਆਪਾਂ ਡਾਕਟਰ ਨਾਲ ਗੱਲ ਕਰਕੇ ਦੇਖਾਂਗੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਥੈਂਕਸ ਫੋਰ ਹੈਵਿੰਗ ਮੀ। ਅਤੇ ਸਭ ਤੋਂ ਪਹਿਲਾਂ ਜਿਵੇਂ ਕਿ ਅੱਜ ਕੱਲ੍ਹ ਕੀ ਹੈ, ਫੋਨ ਦਾ ਟ੍ਰੈਂਡ ਬਹੁਤ ਜ਼ਿਆਦਾ ਆ, ਫੋਨ ਯੂਜ਼ ਕੀਤੇ ਬਿਨਾਂ ਰਹਿ ਹੀ ਨਹੀਂ ਸਕਦਾ ਬੰਦਾ, ਇੱਕ ਮਿੰਟ ਲਈ ਦੂਰ ਹੋ ਜਾਵੇ ਫੋਨ ਤਾਂ ਮਤਲਬ ਦਿਲ ਨੂੰ ਦੌਰਾ ਪੈ ਜਾਂਦਾ ਹੈ। ਅਤੇ ਪਰ ਜਿਵੇਂ ਫੋਨ ਜੋ ਯੂਜ਼ ਕਰਦਾ ਦਿਨ ਭਰ ਬੰਦਾ ਯੂਜ਼ ਕਰਦਾ, ਲੇਕਿਨ ਕਿਸੇ ਨੂੰ ਪਤਾ ਨਹੀਂ ਵੀ ਉਹ ਕਿੰਨਾ ਇੰਪੈਕਟ ਪਾ ਰਿਹਾ ਆਪਣੀ ਬੋਡੀ 'ਤੇ, ਆਪਣੇ ਮਾਇੰਡ 'ਤੇ, ਤਾਂ ਇਸ ਬਾਰੇ ਕੀ ਇੰਪੈਕਟ ਪੈ ਰਿਹਾ, ਲੋਕਾਂ ਨੂੰ ਤੁਸੀਂ ਜਾਗਰੂਕ ਕਰ ਦਿਓ। ਸੋ ਇੰਪੈਕਟ ਦੋਨੋਂ ਪਾਸੇ ਪੈ ਰਿਹਾ, ਲਾਈਕ ਆਈ ਐਮ ਅ ਪੀਡੀਆਟ੍ਰੀਸ਼ੀਅਨ, ਸੋ ਮੈਂ ਬੱਚਿਆਂ ਬਾਰੇ ਜੇ ਮੈਂ ਗੱਲ ਕਰਾਂ, ਫੋਨ ਦੀ ਯੂਜੇਜ ਵੀ ਹੈਵ ਸੀਨ ਕਿ ਲਾਸਟ 10 ਈਅਰਸ ਤੋਂ ਬਹੁਤ ਜ਼ਿਆਦਾ ਵਧੀ ਹੈ। ਹੁਣ ਇਹਦੇ ਇੰਪੈਕਟਸ ਜਿਹੜੇ ਹੈ ਸਾਨੂੰ ਨਜ਼ਰ ਆਉਣਗੇ ਵੈਨ ਆਰ ਚਿਲਡਰਨ ਰੀਚ ਦ ਏਜ ਆਫ 20 ਈਅਰਸ। ਬਟ ਜੇ ਅਸੀਂ ਹੁਣ ਦੀ ਗੱਲ ਕਰੀਏ ਕਿ ਛੋਟੇ ਬੱਚਿਆਂ ਨੂੰ ਅੰਡਰ 5 ਨੂੰ ਕੀ ਇੰਪੈਕਟ ਪੈ ਰਿਹਾ, ਇੰਪੈਕਟ ਬਹੁਤ ਟ੍ਰਮੈਂਡਸ ਹੈ। ਸਭ ਤੋਂ ਪਹਿਲੇ ਅਸੀਂ ਦੇਖ ਰਹੇ ਹਾਂ ਕਿ ਸਪੀਚ ਡਿਲੇਜ਼, ਅਸੀਂ ਇੱਕ ਬਹੁਤ ਜ਼ਿਆਦਾ ਵਰਡ ਅੱਜ ਕੱਲ੍ਹ ਸੁਣਦੇ ਹਾਂ ਔਟਿਜ਼ਮ, ਸੋ ਅੱਜ ਕੱਲ੍ਹ ਇੱਕ ਟਰਮ ਨਵਾਂ ਆਇਆ ਹੈ ਵਰਚੁਅਲ ਔਟਿਜ਼ਮ। ਇਹਦਾ ਮਤਲਬ ਹੈ ਕਿ ਜਿਹੜਾ ਸਕਰੀਨ ਟਾਈਮ ਹੈ, ਜੇ ਬੱਚਾ ਬਹੁਤ ਜ਼ਿਆਦਾ ਸਕਰੀਨ ਦੇਖ ਰਿਹਾ ਹੈ ਅਤੇ ਦ ਚਾਈਲਡ ਇਜ਼ ਲੋਸਟ ਇਨ ਇਟਸ ਓਨ ਵਰਲਡ। ਜਿਹੜਾ ਮੋਬਾਈਲ ਸਕਰੀਨ ਹੈ, ਇਟਸ ਅ ਵਨ ਵੇ ਕਮਿਊਨੀਕੇਸ਼ਨ, ਦੁਨੀਆ ਸਾਡੇ ਨਾਲ ਗੱਲ ਕਰ ਰਹੀ ਹੈ, ਸਾਨੂੰ ਰਿਸਪੋਂਡ ਕਰਨ ਦੀ ਕੋਈ ਲੋੜ ਨਹੀਂ ਹੈ। ਦੈਟ ਇਜ਼ ਵਾਟ ਅ ਸਕਰੀਨ ਡਜ਼, ਐਂਡ ਉਹ ਬੱਚਿਆਂ ਨੂੰ ਬਹੁਤ ਜ਼ਿਆਦਾ ਹੋ ਜਾਂਦਾ ਹੈ, ਦੇ ਸਟੋਪ ਰਿਸਪੋਂਡਿੰਗ ਟੂ ਪੇਰੈਂਟਸ। ਤੁਸੀਂ ਬੱਚੇ ਨੂੰ ਬਾਰ ਬਾਰ ਆਵਾਜ਼ ਲਗਾਓਗੇ, ਦ ਚਾਈਲਡ ਵਿਲ ਨੋਟ ਲਿਸਨ ਟੂ ਯੂ ਔਰ ਪੇ ਅਟੈਂਸ਼ਨ, ਜਿਵੇਂ ਤੁਸੀਂ ਐਗਜ਼ਿਸਟ ਹੀ ਨਹੀਂ ਕਰਦੇ। ਇਹਦੇ ਮੈਂਟਲ ਐਸਪੈਕਟਸ ਲਾਈਕ ਸਪੀਚ ਡਿਲੇ, ਹਾਈਪਰ ਸੈਂਸਿਟਿਵਿਟੀ, ਹਾਈਪਰ ਐਕਟੀਵਿਟੀ, ਅਗਰੈਸ਼ਨ, ਇਹ ਬਹੁਤ ਜ਼ਿਆਦਾ ਵੱਧ ਰਿਹਾ। ਸਿਰਫ ਇਹ ਨਹੀਂ,
ਫਿਜ਼ੀਕਲ ਡੈਮੇਜ ਬਹੁਤ ਜ਼ਿਆਦਾ ਹੋ ਰਿਹਾ। ਅੱਜ ਕੱਲ੍ਹ ਜਿਹੜਾ ਸਾਡਾ ਇੱਕ ਸੋ ਕਾਲਡ ਡਾਈਨਿੰਗ ਟੇਬਲ ਹੁੰਦਾ ਸੀ, ਉਹ ਸਭ ਤੋਂ ਯੂਜ਼ਲੈਸ ਫਰਨੀਚਰ ਦਾ ਪਾਰਟ ਬਣ ਕੇ ਰਹਿ ਗਿਆ। ਡਾਈਨਿੰਗ ਟੇਬਲ ਹੁਣ ਯੂਜ਼ ਨਹੀਂ ਹੁੰਦਾ। ਮੋਰਨਿੰਗ ਦੇ ਟਾਈਮ 'ਚ ਐਵਰੀ ਵਨ ਇਜ਼ ਇਨ ਅ ਹਰੀ, ਉਹ ਭੱਜ ਰਹੇ ਹੁੰਦੇ ਹੈ। ਆਫਟਰਨੂਨ ਯੂਜਲੀ ਕੋਈ ਕਰ ਨਹੀਂ ਹੁੰਦਾ, ਡਿਨਰ ਸਾਡਾ ਟੀ ਵੀ ਦੇ ਸਾਹਮਣੇ ਹੁੰਦਾ। ਦ ਕੋਨਸੈਪਟ ਆਫ ਸਮੈਲਿੰਗ ਐਂਡ ਸੀਇੰਗ ਦ ਫੂਡ ਹੈਜ਼ ਗੋਨ। ਹੁਣ ਬੱਚਾ ਖਾਣਾ ਖਾ ਰਿਹਾ ਹੁੰਦਾ ਹੈ, ਮਦਰ ਅੱਗੇ ਜਾਂ ਫਾਦਰ ਅੱਗੇ ਸਕਰੀਨ ਰੱਖਦੇ ਹੈ, ਇੱਕ ਚਮਚ ਆਉਂਦਾ ਹੈ, ਉਹ ਖਾਣਾ ਖਿਲਾ ਰਹੇ ਹੁੰਦੇ ਹੈ। ਦੇਰ ਇਜ਼ ਨੋ ਲਵ ਔਰ ਕਨੈਕਸ਼ਨ ਵਿਦ ਦ ਫੂਡ। ਸੋ ਬਹੁਤ ਜ਼ਿਆਦਾ ਇੰਪੈਕਟ ਆ ਰਿਹਾ। ਅਸੀਂ ਡੇਲੀ ਓਪੀਡੀ 'ਚ ਦੇਖਦੇ ਹੈ ਕਿ ਸਾਈਕੋਲੋਜੀਕਲ ਇਸ਼ੂਜ਼, ਨਿਊਟ੍ਰੀਸ਼ਨਲ ਇਸ਼ੂਜ਼ ਐਂਡ ਨਿਊਟ੍ਰੀਸ਼ਨਲ ਦੋਨੋਂ ਤਰਫ ਓਬੀਸਿਟੀ ਵੀ ਬਹੁਤ ਵੱਧ ਰਹੀ ਹੈ ਐਂਡ ਮੈਲ ਨਰਿਸ਼ਮੈਂਟ ਵੀ ਬਹੁਤ ਜ਼ਿਆਦਾ ਵੱਧ ਰਹੀ ਹੈ ਬਿਕੋਜ਼ ਆਫ ਐਕਸੈਸਿਵ ਸਕਰੀਨ ਟਾਈਮ। ਅਤੇ ਜਿਵੇਂ ਤੁਸੀਂ ਫੂਡ ਦੀ ਗੱਲ ਕੀਤੀ ਹੈ ਤਾਂ ਹੁਣ ਦੇ ਵਿੱਚ ਤਾਂ ਕੋਈ ਮਤਲਬ ਸ਼ਡਿਊਲ ਰਿਹਾ ਹੀ ਨਹੀਂ। ਸਵੇਰੇ ਬ੍ਰੈਕਫਾਸਟ ਸਕਿੱਪ ਕਰਤਾ, ਲੰਚ ਕੀਤਾ ਕਿ ਨਹੀਂ ਕੀਤਾ, ਡਿਨਰ ਸਕਿੱਪ ਕਰਤਾ, ਤਾਂ ਪ੍ਰੋਪਰ ਬੈਲੈਂਸ ਡਾਇਟ ਕੀ ਹੈ? ਦੇਖੋ, ਬੈਲੈਂਸ ਡਾਇਟ ਸਾਡੀ ਜਿਹੜੀ ਇੰਡੀਅਨ ਡਾਇਟ ਹੈ ਨਾ, ਇਹ ਬਹੁਤ ਬੈਲੈਂਸ ਡਾਇਟ ਹੈ। ਸਾਨੂੰ ਕੋਈ ਨਿਊਟ੍ਰੀਸ਼ਨਿਸਟ ਤੋਂ ਜਾਣ ਦੀ ਲੋੜ ਨਹੀਂ ਹੈ। ਰੋਟੀ ਜਾਂ ਰਾਈਸ ਵਿਚ ਇਜ਼ ਐਮਟੀ ਕਾਰਬੋਹਾਈਡਰੇਟਸ, ਵੈਜੀਟੇਬਲ, ਦਾਲ ਐਂਡ ਅ ਸੈਲਡ, ਇਸ ਤੋਂ ਬੈਲੈਂਸ ਡਾਇਟ ਕਿੱਥੇ ਨਹੀਂ ਹੋ ਸਕਦੀ। ਵਿੱਚ ਜਿਹੜਾ ਹੈ, ਵੀ ਸ਼ੁੱਡ ਸਟਾਰਟ ਟੇਕਿੰਗ ਫਰੂਟਸ ਜਾਂ ਕੋਈ ਵੀ ਹੈਲਦੀ ਸਨੈਕਸ ਜਿਵੇਂ ਕਿ ਮਖਾਣੇ ਹੋ ਗਏ, ਰੇਨਬੋ ਕਲਰਡ ਫਰੂਟਸ, ਕਲਰਡ ਵੈਜੀਟੇਬਲਸ ਐਂਡ ਕਲਰਡ ਫਰੂਟਸ ਸ਼ੁੱਡ ਬੀ ਐਡਿਡ ਇਨ ਦ ਡਾਇਟ, ਐਂਡ ਪੈਕੇਜਡ ਫੂਡ ਨੂੰ ਅਸੀਂ ਲਾਈਫ ਤੋਂ ਦੂਰ ਰੱਖਣਾ ਹੈ। ਮੇਰੇ ਹਿਸਾਬ ਨਾਲ ਕੋਈ ਵੀ ਚੀਜ਼ ਜੋ ਪੈਕੇਟ 'ਚ ਆ ਰਹੀ ਹੈ ਉਹ ਬਿਲਕੁਲ ਨਹੀਂ ਦੇਣੀ ਚਾਹੀਦੀ ਬੱਚਿਆਂ ਨੂੰ। ਨਾ ਅਸੀਂ ਹੌਲੀ ਹੌਲੀ ਦੇਖ ਰਹੇ ਹਾਂ, ਬੋਨਵੀਟਾ ਦੇ ਉੱਤੇ ਵੀ ਹੈਲਥ ਡਰਿੰਕ ਦਾ ਬਹੁਤ ਕੁਐਸਚਨ ਮਾਰਕ ਆ ਗਿਆ ਹੈ। ਰੀਸੈਂਟਲੀ ਅਸੀਂ ਦੇਖ ਰਹੇ ਹਾਂ MDH ਦੇ ਮਸਾਲਿਆਂ ਵਿੱਚ, ਦੇ ਹੈਵ ਸਿੰਗਾਪੁਰ ਹੈਜ਼ ਬੈਂਡ ਬਿਕੋਜ਼ ਉਹ 'ਚ ਕੈਂਸਰ ਕੋਜ਼ਿੰਗ ਏਜੰਟ ਸੀਗੇ। ਪ੍ਰੋਬਲਮ ਇਜ਼ ਕਿ ਇੰਡੀਆ ਵਿੱਚ ਹੈਲਥ ਰੈਗੂਲੇਸ਼ਨਸ ਆਰ ਨੋਟ ਵੈਰੀ ਸਟਰੋਂਗ। ਦੈਟ ਇਜ਼ ਵਾਈ ਇਹ ਚੀਜ਼ਾਂ ਜਿਹੜੀ ਹੈ ਅੱਗੇ ਚਲੀ ਜਾ ਰਹੀ ਹੈ, ਇਹਨਾਂ 'ਤੇ ਰੋਕ ਕੋਈ ਨਹੀਂ ਹੈ। ਬਟ ਆਈ ਐਮ ਪ੍ਰੀਟੀ ਸ਼ੋਰ ਹੁਣ ਜਨਤਾ ਜਿਹੜੀ ਉਹ ਜਾਗਰੂਕ ਹੋ ਰਹੀ ਹੈ, ਰੈਗੂਲੇਸ਼ਨ ਸਟਰੋਂਗ ਹੋਣਗੀਆਂ ਐਂਡ ਇਹਨਾਂ ਦੇ ਉੱਤੇ ਐਕਸ਼ਨ ਲਿੱਤਾ ਜਾਏਗਾ। ਬਿਕੋਜ਼ ਕਿਉਂ ਇੰਨੇ ਜ਼ਿਆਦਾ ਕੈਂਸਰ ਵੱਧ ਰਹੇ ਹੈ, ਕਿਉਂ ਅਸੀਂ ਦੇਖ ਰਹੇ ਹਾਂ ਕਿ ਹਾਰਟ ਅਟੈਕਸ ਐਟ ਦ ਏਜ ਆਫ 35, 45, 55 ਇੰਨੇ ਜ਼ਿਆਦਾ ਵੱਧ ਰਹੇ ਹੈ? ਬਿਕੋਜ਼ ਡਾਇਟ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਤਾਂ ਆ ਰਹੀ ਹੈ। ਅਤੇ ਜੇ ਆਪਾਂ ਗੱਲ ਕਰੀਏ ਤਾਂ ਤੁਹਾਡੇ ਕੋਲ ਪੂਰੇ ਦਿਨ ਦੇ ਵਿੱਚ ਕਿੰਨੇ ਪੇਸ਼ੈਂਟਸ ਆਉਂਦੇ ਨੇ ਅਤੇ ਸਭ ਤੋਂ ਜ਼ਿਆਦਾ ਕਿਹੜੇ ਕੇਸਿਸ ਹੁੰਦੇ ਨੇ, ਕਿਹੜੀ ਬਿਮਾਰੀ ਸਭ ਤੋਂ ਜ਼ਿਆਦਾ ਪਾਈ ਜਾ ਰਹੀ ਹੈ? ਅੱਜ ਕੱਲ੍ਹ ਸਮਰ ਦਾ ਟਾਈਮ ਸ਼ੁਰੂ ਹੋ ਗਿਆ ਹੈ ਐਂਡ ਦ ਮੋਸਟ ਕਾਮਨ ਸਿਮਟਮ ਇਜ਼ ਡਾਇਰੀਆ, ਵੋਮਿਟਿੰਗ, ਲੂਜ਼ ਮੋਸ਼ਨਸ। ਇਸ ਤੋਂ ਇਲਾਵਾ ਜੋ ਜਨਰਲ ਓਪੀਡੀ 'ਚ ਜੋ ਅਸੀਂ ਪੂਰਾ ਸਾਲ ਦੇਖਦੇ ਹਾਂ, ਸਾਡੇ ਬੱਚੇ ਨੂੰ ਭੁੱਖ ਨਹੀਂ ਲੱਗਦੀ ਜਾਂ ਸਾਡਾ ਬੱਚਾ ਸਿਰਫ ਕੁਰਕੁਰੇ, ਚਿਪਸ ਜਾਂ ਬਿਸਕਿਟ ਖਾਂਦਾ ਐਂਡ ਉਹ ਰੋਟੀ ਨਹੀਂ ਖਾ ਰਿਹਾ, ਉਹ ਸਬਜ਼ੀ ਨਹੀਂ ਖਾ ਰਿਹਾ, ਫਰੂਟ ਤਾਂ ਉਹ ਟੱਚ ਵੀ ਨਹੀਂ ਕਰਦਾ, ਇੱਦਾਂ ਦੇ ਇਸ਼ੂਜ਼ ਬਹੁਤ ਜ਼ਿਆਦਾ ਆ ਰਹੇ ਹੈ। ਸਪੀਚ ਡਿਲੇਜ਼, ਹਾਈਪਰ ਐਕਟੀਵਿਟੀ, ਅਗਰੈਸ਼ਨ, ਇਹਦੇ ਕੇਸਿਸ ਵੀ ਬਹੁਤ ਜ਼ਿਆਦਾ ਆ ਰਹੇ ਹੈ ਹੁਣ ਅੱਜ ਕੱਲ੍ਹ। ਅਤੇ ਜਿਹੜੇ ਇਰੀਟੇਸ਼ਨ ਦੇ ਕੇਸਿਸ ਨੇ ਜਾਂ ਫਿਰ ਤੁਸੀਂ ਕਿਹਾ ਹਾਈਪਰ ਐਕਟੀਵਿਟੀ ਦੇ ਕੇਸਿਸ ਨੇ, ਇਹਨਾਂ 'ਚ ਵਾਧਾ ਹੋਣ ਦਾ ਰੀਜ਼ਨ ਕੀ ਲੱਗਦਾ ਤੁਹਾਨੂੰ? ਬਹੁਤ ਮਲਟੀ ਫੈਕਟੋਰੀਅਲ ਕੋਜ਼ਿਜ਼ ਨੇ ਇਹਦੇ। ਪੇਰੈਂਟਿੰਗ ਚੇਂਜ ਹੋ ਗਈ ਹੈ, ਦ ਪੇਰੈਂਟਸ ਆਰ ਬਿਜ਼ੀ। ਪਹਿਲੇ ਹੁਣ ਨਿਊਕਲੀਅਰ ਫੈਮਿਲੀਜ਼ ਦਾ ਰਿਵਾਜ਼ ਆ ਗਿਆ ਹੈ। ਪਹਿਲੇ 6 ਬੰਦੇ ਹੁੰਦੇ ਸੀ ਘਰ 'ਚ ਐਂਡ ਬੱਚੇ ਨੂੰ ਇੱਕ ਚੰਗੀ ਅੰਬਰੈਲਾ ਮਿਲਦੀ ਸੀ। ਹੁਣ ਅਸੀਂ ਦੇਖਦੇ ਹਾਂ ਕਿ ਬਿਕੋਜ਼ ਬੋਥ ਦ ਪੇਰੈਂਟਸ ਆਰ ਬਿਜ਼ੀ, ਉਹਨਾਂ ਨੂੰ ਆਪਸ਼ਨ ਹੀ ਨਹੀਂ ਮਿਲ ਰਿਹਾ
ਮਦਰ ਨੂੰ ਜੇ ਸ਼ਾਮੀ ਆ ਕੇ ਕੁਛ ਕੁੱਕ ਵੀ ਕਰਨਾ ਹੈ ਉਹਨਾਂ ਨੂੰ ਫੋਨ ਫੜਾਉਣਾ ਪੈਂਦਾ ਬਿਕੋਜ਼ ਦੇਰ ਇਜ਼ ਨੋ ਵਨ ਟੂ ਲੁੱਕ ਆਫਟਰ ਦ ਬੇਬੀ ਸੋ ਅਗਰੈਸ਼ਨ ਦੇ ਕਾਰਨ ਹਾਈਪਰ ਐਕਟੀਵਿਟੀ ਦੇ ਕਾਰਨ ਸਭ ਤੋਂ ਜ਼ਿਆਦਾ ਹੈ ਸ਼ੂਗਰਸ ਜੋ ਬੱਚਾ ਸ਼ੂਗਰ ਬਹੁਤ ਜ਼ਿਆਦਾ ਕੰਜ਼ਿਊਮ ਕਰ ਰਿਹਾ ਹੈ ਸ਼ੂਗਰ ਇਜ਼ ਅ ਫਿਊਲ ਨਾਓ ਜਦ ਵੀ ਅਸੀਂ ਸ਼ੂਗਰ ਲਵਾਂਗੇ ਬੱਚਿਆਂ ਨੂੰ ਇੱਕ ਸ਼ੂਗਰ ਹਾਈ ਹੁੰਦਾ ਜਿਵੇਂ ਅਡਲਟਸ ਨੂੰ ਐਲਕੋਹਲ ਦਾ ਹਾਈ ਹੁੰਦਾ ਬੱਚਿਆਂ ਨੂੰ ਸ਼ੂਗਰ ਦਾ ਵੀ ਹਾਈ ਹੁੰਦਾ ਦੈਟ ਇਜ਼ ਵਾਏ ਜਦ ਅਸੀਂ ਉਹਨਾਂ ਨੂੰ ਬਿਸਕਿਟਸ ਆਈਸਕ੍ਰੀਮਸ ਜਾਂ ਟੋਫੀਜ਼ ਚੋਕਲੇਟਸ ਜੂਸਿਸ ਦਿੰਦੇ ਹੈ ਦੇ ਹੈਵ ਟੂ ਟੇਕ ਆਊਟ ਦਾ ਐਨਰਜੀ ਸਮਵੇਅਰ ਐਂਡ ਇਹ ਸ਼ੂਗਰ ਹਾਈ ਕਰਕੇ ਬਿਕੋਜ਼ ਅਕਿਊਮੂਲੇਟ ਹੋਈ ਜਾ ਰਹੀ ਹੈ ਬੋਡੀ 'ਚ ਓਬੀਸਟੀ ਵੀ ਹੋ ਰਹੀ ਹੈ ਅਗਰੈਸ਼ਨ ਵੀ ਆ ਰਿਹਾ ਹੈ ਹਾਈਪਰ ਐਕਟੀਵਿਟੀ ਵੀ ਆ ਰਹੀ ਹੈ ਅਤੇ ਜੇ ਆਪਾਂ ਛੋਟੇ ਬੱਚੇ ਦੀ ਗੱਲ ਕਰੀਏ ਤਾਂ ਸਹੀ ਏਜ ਕਿਹੜੀ ਹੈ ਜਿਹਦੇ ਵਿੱਚ ਬੱਚੇ ਨੂੰ ਸੋਲਿਡ ਫੂਡ ਦੇਣਾ ਸਟਾਰਟ ਕਰ ਦੇਣਾ ਚਾਹੀਦਾ ਹੈ ਰਾਈਟ ਸੋ ਅਸੀਂ ਸਟਾਰਟ ਕਰਦੇ ਹਾਂ ਐਟ 6 ਮੰਥਸ ਟਿਲ 6 ਮੰਥਸ ਵੀ ਸ਼ੁੱਡ ਐਕਸਕਲੂਸਿਵਲੀ ਬ੍ਰੈਸਟ ਫੈਡ ਦਾ ਚਾਈਲਡ ਬ੍ਰੈਸਟ ਫੀਡਿੰਗ ਹੀ ਚੱਲਣੀ ਚਾਹੀਦੀ ਹੈ ਐਟ 6 ਮੰਥਸ ਅਸੀਂ ਵੀਨਿੰਗ ਸਟਾਰਟ ਕਰਦੇ ਹਾਂ ਜਾਂ ਕੰਪਲੀਮੈਂਟਰੀ ਫੀਡ ਸਟਾਰਟ ਕਰਦੇ ਹਾਂ ਦੈਟ ਇਜ਼ ਦ ਟਾਈਮ ਅਸੀਂ ਕਹਿੰਦੇ ਹਾਂ ਕਿ ਵੀ ਸ਼ੁੱਡ ਇੰਟਰੋਡਿਊਸ 3 ਸੈਮੀ ਸੋਲਿਡਸ ਇਨ ਅ ਡੇ ਐਂਡ ਗ੍ਰੈਜੂਅਲੀ ਵੀ ਮੂਵ ਓਵਰ ਟੂ 4 ਸੈਮੀ ਸੋਲਿਡਸ ਅ ਡੇ 1 ਈਅਰ 'ਤੇ ਰੂਲ ਹੁੰਦਾ ਹੈ ਕਿ ਵੀ ਹੈਵ ਟੂ ਈਟ ਫਰੋਮ ਦ ਫੈਮਿਲੀ ਪੋਟ ਇਹਦਾ ਮਤਲਬ ਹੈ ਜਦ ਬੱਚਾ 1 ਸਾਲ ਦਾ ਹੋ ਜਾਏਗਾ ਦੇਰ ਸ਼ੁੱਡ ਬੀ ਨੋ ਸਪੈਸ਼ਲ ਕੁਕਿੰਗ ਜੋ ਘਰ 'ਚ ਤੁਹਾਡੇ ਲਈ ਬਣਿਆ ਹੈ ਸਾਨੂੰ ਉਹੀ ਦੇਣਾ ਚਾਹੀਦਾ ਹੈ ਸੇਮ ਮਿਰਚ ਸੇਮ ਮਸਾਲਾ ਐਂਡ ਦੇ ਸ਼ੁੱਡ ਸਟਾਰਟ ਚੂਇੰਗ ਐਂਡ ਬਾਈਟਿੰਗ ਦ ਫੂਡ ਐਟ 1 ਈਅਰ ਆਫ ਏਜ ਹੁਣ ਜਿਵੇਂ ਸੈਰੀਲੈਕ ਦਾ ਕੇਸ ਆਇਆ ਸੀ ਸ਼ੂਗਰ ਪਾਈ ਗਈ ਸੀ ਉਹਦੇ ਵਿੱਚ ਅਤੇ ਬੱਚਿਆਂ ਲਈ ਸ਼ੂਗਰ ਦੀ ਮਾਤਰਾ ਜਿੰਨੀ ਚਾਹੀਦੀ ਉਸ ਤੋਂ ਜ਼ਿਆਦਾ ਸੀ ਉਹਦੇ ਵਿੱਚ ਅਤੇ ਉਹਨੂੰ ਮਤਲਬ ਕਈ ਜਗ੍ਹਾ ਬੈਨ ਵੀ ਕੀਤਾ ਗਿਆ ਅਤੇ ਮਤਲਬ ਪੇਰੈਂਟਸ ਹੁਣ ਵੀ ਯੂਜ਼ ਕਰਦੇ ਆ ਬਾਹਰ ਦੇ ਪ੍ਰੋਡਕਟਸ ਬੱਚਿਆਂ ਨੂੰ ਪੋਸ਼ਣ ਦੇਣ ਲਈ ਉਹਨਾਂ ਦੀ ਰਿਪਲੇਸਮੈਂਟ ਕੀ ਹੋ ਸਕਦੀ ਹੈ ਪੇਰੈਂਟਸ ਨੂੰ ਕੀ ਐਵੇਂ ਦਾ ਕਰਨਾ ਚਾਹੀਦਾ ਕਿ ਉਵੇਂ ਦੇ ਪ੍ਰੋਡਕਟਸ ਯੂਜ਼ ਹੀ ਨਾ ਕਰਨੇ ਪੈਣ ਦੇਖੋ ਟਿਲ 1 ਈਅਰ ਆਫ ਏਜ ਇਟ ਇਜ਼ ਵੈਰੀ ਸਿੰਪਲ ਬੱਚੇ ਨੂੰ ਕੋਈ ਸਾਲਟ ਜਾਂ ਸ਼ੂਗਰ ਐਡੀਸ਼ਨਲੀ ਰਿਕੁਆਇਰਡ ਬਿਲਕੁਲ ਨਹੀਂ ਹੁੰਦਾ ਅਤੇ ਸਭ ਤੋਂ ਡਬਲ ਸਟੈਂਡਰਡ ਵਾਲੀ ਗੱਲ ਕੀ ਸੀ ਜਦ ਇਹ ਸੈਰਲੈਕ ਦਾ ਸਾਰਾ ਐਪੀਸੋਡ ਸਾਹਮਣੇ ਆਇਆ ਹੈ ਕਿ ਦ ਸੈਰਲੈਕ ਵਿਚ ਇਜ਼ ਯੂਜ਼ਡ ਇਨ ਇੰਡੀਆ ਬਿਲਕੁਲ ਡਿਫਰੈਂਟ ਹੈ ਟੂ ਦ ਸੈਰਲੈਕ ਵਿਚ ਇਜ਼ ਯੂਜ਼ਡ ਇਨ ਯੂਰੋਪੀਅਨ ਕੰਟਰੀਜ਼ ਉੱਥੇ ਬਿਕੋਜ਼ ਰੈਗੂਲੇਸ਼ਨਸ ਆਰ ਵੈਰੀ ਸਟਰੋਂਗ ਉੱਥੇ ਜਿਹੜੀ ਸ਼ੂਗਰ ਦਾ ਕੰਟੈਂਟ ਹੈ ਉਹ ਬਹੁਤ ਘੱਟ ਹੈ ਬਟ ਇੰਡੀਆ 'ਚ ਜਿਹੜਾ ਸੈਰਲੈਕ ਪਾਇਆ ਜਾ ਰਿਹਾ ਹੈ ਉਹਦੇ 'ਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੈ ਨਾ ਹੁੰਦਾ ਕੀ ਹੈ ਜਦ ਅਸੀਂ ਕਿਸੇ ਚੀਜ਼ ਨੂੰ ਸਵਾਦ ਬਣਾਉਣ ਲਈ ਸ਼ੂਗਰ ਜ਼ਿਆਦਾ ਐਡ ਕਰਾਂਗੇ ਉਹ ਬਹੁਤ ਅਡਿਕਟਿਵ ਬਣਦਾ ਹੈ ਤੁਸੀਂ ਬੱਚੇ ਨੂੰ ਫਸਟ ਟਾਈਮ ਸੈਰਲੈਕ ਦੇ ਤਾ ਮਲਟੀਪਲ ਫਲੇਵਰਸ ਹੈ ਵੀਟ ਐਪਲ ਬਨਾਨਾ ਉਹਨਾਂ ਨੂੰ ਬਹੁਤ ਸਵਾਦ ਲੱਗੇਗਾ ਦੇ ਵਿਲ ਉਸ ਤੋਂ ਬਾਅਦ ਜਦ ਉਹਨਾਂ ਨੂੰ ਸਵਾਦ ਲੱਗਿਆ ਉਹਨਾਂ ਨੇ ਨੋਰਮਲ ਘਰ ਵਾਲੀ ਖਿਚੜੀ ਜਾਂ ਦਲੀਆ ਜਿਹੜਾ ਹੈ ਉਹ ਖਾਣਾ ਬੰਦ ਕਰ ਦੇਣਾ ਦੈਟ ਇਜ਼ ਵਾਏ ਇਟ ਇਜ਼ ਵੈਰੀ ਇੰਪੋਰਟੈਂਟ ਕਿ ਅਸੀਂ ਪੈਕੇਜਡ ਫੂਡ ਨੂੰ ਨਾ ਇਨਕਰੇਜ ਕਰੀਏ ਲੇਬਲ ਜਿਹੜਾ ਫੂਡ ਲੇਬਲ ਹੁੰਦਾ ਉਹਨੂੰ ਅਸੀਂ ਪੜ੍ਹਨਾ ਸ਼ੁਰੂ ਕਰੀਏ ਉਹਨੂੰ ਸਮਝਣਾ ਸ਼ੁਰੂ ਕਰੀਏ ਦੇਖੋ ਸਾਡੇ ਬੱਚੇ ਦੀ ਰਿਸਪੋਂਸੀਬਿਲਟੀ ਸਾਡੀ ਹੈ ਵੀ ਕੈਨ ਨੋਟ ਬਲੇਮ ਦ ਗਵਰਨਮੈਂਟ ਕਿ ਉਹ ਰੈਗੂਲੇਸ਼ਨ ਨਹੀਂ ਲਗਾ ਰਹੇ ਇੱਕ ਲੇਬਲ ਅਸੀਂ ਇੰਨਾ ਕੁਛ ਪੜ੍ਹਦੇ ਹਾਂ ਅਸੀਂ ਕੋਈ ਵੀ ਪ੍ਰੋਡਕਟ ਖਰੀਦਦੇ ਹਾਂ ਅਸੀਂ ਰਿਵਿਊ ਪੜ੍ਹਦੇ ਹਾਂ ਅਸੀਂ ਖਾਣ ਬਾਰੇ ਲੇਬਲ ਕਿਉਂ ਨਹੀਂ ਪੜ੍ਹ ਰਹੇ ਇੱਦਾਂ ਦਾ ਕਿਉਂ ਹੈ ਕਿ ਗਵਰਨਮੈਂਟ ਨੂੰ ਦੱਸਣਾ ਪਿਆ ਕਿ ਬਈ ਸੈਰਲੈਕ 'ਚ ਸ਼ੂਗਰ ਹੈ ਉਹਨਾਂ ਨੇ ਤਾਂ ਲਿਖਿਆ ਹੋਇਆ ਪਿੱਛੇ ਪੈਕਟ 'ਚ ਮੇ ਬੀ ਐਜ਼ ਪੇਰੈਂਟਸ ਇਹ ਸਾਨੂੰ ਸਕੂਲ 'ਚ ਨਹੀਂ ਪੜ੍ਹਾਇਆ ਜਾ ਰਿਹਾ ਬਟ ਹੁਣ ਟਾਈਮ ਹੈ ਅਵੇਅਰਨੈਸ ਹੋਰ ਵਧਾਉਣ ਦਾ
ਜਿਵੇਂ ਤੁਸੀਂ ਲੇਬਲ ਦੀ ਗੱਲ ਕਰੀ ਤਾਂ ਲੇਬਲ ਕੋਈ ਨਹੀਂ ਪੜ੍ਹਦਾ ਹੈਗਾ, ਸਮਾਨ ਲੈ ਲੈਂਦੇ, ਜਿਵੇਂ ਪਟਿਆਲੇ ਦੇ ਵਿੱਚ ਐਕਸਪਾਇਰਡ ਚੋਕਲੇਟ ਦਾ ਕੇਸ ਹੋਇਆ ਅਤੇ ਕੇਕ ਦਾ ਕੇਸ ਹੋਇਆ ਜਿਹਦੇ ਨਾਲ ਬੱਚੀ ਦੀ ਮੌਤ ਵੀ ਹੋ ਗਈ, ਅਤੇ ਲੋਕ ਲੇਬਲ ਨਹੀਂ ਪੜ੍ਹਦੇ, ਖਰੀਦ ਲੈਂਦੇ ਨੇ, ਬਸ ਸਸਤਾ ਮਿਲਦਾ ਹੈ ਚੱਕ ਲਿਆ ਜਾਂ ਫਿਰ ਬਿਨਾਂ ਦੇਖੇ ਚੱਕ ਲਿਆ, ਤਾਂ ਉਹਦੇ ਬਾਰੇ ਅਵੇਅਰਨੈਸ ਕਿਵੇਂ ਆਏਗੀ ਲੋਕਾਂ ਦੇ ਵਿੱਚ? ਅਵੇਅਰਨੈਸ ਤਾਂ ਹੀ ਆਏਗੀ, ਕੋਵਿਡ ਇੱਕ ਇੱਦਾਂ ਦਾ ਟਾਈਮ ਸੀਗਾ ਜਦ ਉਹਨੇ ਸਿਖਾਇਆ ਕਿ ਯੂ ਕੈਨ ਕੁੱਕ ਐਟ ਹੋਮ। ਮੈਂ ਆਪਣੇ ਜੇ ਘਰ ਦੀ ਗੱਲ ਕਰਾਂ, ਅਸੀਂ ਬ੍ਰੈਡ ਖੁਦ ਬਣਾਉਣੀ ਸਿੱਖੀ ਬਿਕੋਜ਼ ਟਾਈਮ ਸੀਗਾ ਸਾਡੇ ਕੋਲ। ਨਾਓ ਕੋਵਿਡ ਖਤਮ ਹੋਇਆ, ਅਗੇਨ ਥਿੰਗਸ ਆਰ ਬੈਕ ਟੂ ਫਾਸਟ ਟਰੈਕ। ਅਸੀਂ ਨਾ ਕੰਜ਼ਿਊਮਰਿਜ਼ਮ ਵਿੱਚ ਬਹੁਤ ਜ਼ਿਆਦਾ ਫਸ ਰਹੇ ਹਾਂ। ਹੁਣ ਜ਼ੋਮੈਟੋ ਵਿੱਚ ਡਿਸਕਾਊਂਟ ਆ ਜਾਂਦਾ ਜਾਂ ਸਵਿਗੀ ਵਿੱਚ ਡਿਸਕਾਊਂਟ ਆ ਜਾਂਦਾ ਹੈ ਕਿ ਓਕੇ ਆਫਟਰ 9 PM 100 rupees ਔਫ, 200 rupees ਔਫ, ਇਹ ਸਾਰੀ ਚੀਜ਼ਾਂ ਸਾਨੂੰ ਅਟਰੈਕਟ ਕਰਦੀ ਹੈ। ਐਂਡ ਉਹ ਕਿੰਨਾ ਦੇਰ ਪੁਰਾਣਾ ਪਿਆ ਹੋਇਆ ਹੈ, ਮੈਂ ਇਨਫੈਕਸ਼ਨ ਤੋਂ ਵੀ ਨਹੀਂ ਡਰਦਾ, ਮੈਂ ਡਰਦਾ ਹੈ ਉਹਦੇ 'ਚ ਜਿਹੜੇ ਆਰਟੀਫਿਸ਼ਲ ਸਵੀਟਨਰਸ, ਆਰਟੀਫਿਸ਼ਲ ਕਲਰਸ ਐਂਡ ਏਜੰਟਸ ਯੂਜ਼ ਹੋ ਰਹੇ ਹੈ, ਦੇ ਆਰ ਕੈਂਸਰ ਕੋਜ਼ਿੰਗ। ਐਂਡ ਉਹਦਾ ਉਹ ਸਾਇਲੈਂਟ ਕਿਲਰ ਹੈ, ਇਹਦਾ ਸਾਨੂੰ ਜਿਹੜਾ ਰਿਜ਼ਲਟ ਹੈ ਇਹ ਮਿਲੇਗਾ ਆਫਟਰ ਮੈਨੀ ਈਅਰਸ। ਵਾਈ ਕੈਂਸਰ ਇਜ਼ ਇਨਕਰੀਜ਼ਿੰਗ ਸੋ ਮੱਚ? ਕੋਈ ਨਾ ਕੋਈ ਤਾਂ ਕਾਰਨ ਹੈ, ਕਿੱਥੇ ਅਸੀਂ ਡਾਇਟ ਵਿੱਚ ਗਲਤ ਜਾ ਰਹੇ ਹਾਂ। ਐਂਡ ਟਾਈਮ ਆ ਗਿਆ ਸਭ ਨੂੰ ਅਵੇਅਰ ਕਰਨ ਦਾ, ਅਵੇਅਰ ਆਪਣੇ ਆਪ ਹੋਣਾ ਪਏਗਾ। ਇੱਦਾਂ ਦਾ ਕੋਈ ਆਈ ਡੋਂਟ ਥਿੰਕ ਕੋਈ ਲਾਅ ਪਾਸ ਹੋ ਜਾਏਗਾ ਜਿਹਦੇ ਨਾਲ ਅਸੀਂ ਫ੍ਰੀ ਹੋ ਜਾਵਾਂਗੇ ਇਹ ਸੋ ਕਾਲਡ ਬੈਡ ਫੂਡਸ ਤੋਂ। ਬਟ ਐਜ਼ ਅ ਪੇਰੈਂਟ ਇੱਕ ਸਿੰਪਲ ਜੀ ਚੀਜ਼ ਹੈ, ਹਾਊ ਟੂ ਰੀਡ ਅ ਲੇਬਲ। ਅੱਜ ਕੱਲ੍ਹ ਯੂਟਿਊਬ 'ਤੇ ਇੰਨੇ ਵੀਡੀਓਜ਼ ਹੈ, ਅਸੀਂ ਉਹਨੂੰ ਪੜ੍ਹੀਏ ਐਂਡ ਉਹਦੇ ਹਿਸਾਬ ਨਾਲ ਸਭ ਕੁਛ ਕਰੀਏ। ਅਤੇ ਕੁਝ ਬਿਮਾਰੀਆਂ ਐਵੇਂ ਦੀ ਹੁੰਦੀਆਂ ਨੇ ਵੀ ਬਹੁਤ ਟਾਈਮ ਬਾਅਦ ਜਾ ਕੇ ਪਤਾ ਲੱਗਦਾ, ਕੋਈ ਸਿਮਟਮਸ ਵੀ ਨਹੀਂ ਹੁੰਦੇ, ਅਤੇ ਇੱਦਾਂ ਦੀ ਕੰਡੀਸ਼ਨਸ ਦੇ ਵਿੱਚ ਪੇਰੈਂਟਸ ਅਤੇ ਬੱਚਾ ਕਿਵੇਂ ਮੇਕ ਸ਼ੋਰ ਕਰੇ ਕਿ ਉਹ ਹੈਲਦੀ ਹੈ? ਇੱਕ ਬਹੁਤ ਹੀ ਕਹਾਵਤ ਮੈਂ ਬਾਰ ਬਾਰ ਯੂਜ਼ ਕਰਦਾ, ਹੈਵ ਯੋਰ ਫੂਡ ਲਾਈਕ ਯੋਰ ਮੈਡੀਸਨਸ ਔਰ ਯੂ ਵਿਲ ਹੈਵ ਯੋਰ ਮੈਡੀਸਨ ਲਾਈਕ ਯੋਰ ਫੂਡ। ਸਿੰਪਲ ਜਿਹਾ ਇਹ ਮੁਹਾਵਰਾ ਹੈ, ਜੇ ਅਸੀਂ ਆਪਣੇ ਖਾਣੇ ਨੂੰ ਦਵਾਈ ਦੀ ਤਰ੍ਹਾਂ ਲੈਣਾ ਸ਼ੁਰੂ ਕਰ ਦਈਏ ਨਾ, ਸਾਨੂੰ ਦਵਾਈ ਦੀ ਲੋੜ ਨਹੀਂ ਪਏਗੀ। ਸਾਨੂੰ ਥੋੜ੍ਹਾ ਬੇਸਿਕਸ 'ਤੇ ਆਉਣਾ ਪੈਣਾ ਹੈ। ਬੇਸਿਕਸ ਕੀ ਹੈ? ਚੰਗਾ ਖਾਣਾ, ਨੋਨ ਪੈਕੇਜਡ ਫੂਡ ਜਿਹਦੇ ਵਿੱਚ ਪ੍ਰੈਜ਼ਰਵੇਟਿਵਸ ਨਾ ਹੋਣ, ਐਂਡ ਐਟਲੀਸਟ ਸਾਡੇ ਅੱਖਾਂ ਦੇ ਸਾਹਮਣੇ ਉਹ ਬਣ ਰਿਹਾ ਹੋਏ, ਉਸ ਤੋਂ ਉੱਤੇ ਕੁਛ ਨਹੀਂ ਹੈ। ਅਸੀਂ ਐਡਵਾਂਸਮੈਂਟ ਨਹੀਂ ਕਰਨੀ, ਜਿਵੇਂ ਮਖਾਨੇ ਇੰਨੀ ਦੇਰ ਤੋਂ ਇੰਡੀਆ 'ਚ ਚੱਲ ਰਹੇ ਸੀਗੇ, ਹੁਣ ਬਿਕੋਜ਼ ਵੈਸਟ ਵਿੱਚ ਇੰਨੇ ਪਾਪੂਲਰ ਹੋ ਗਏ, ਇੰਡੀਆ 'ਚ ਵੀ ਪਾਪੂਲਰ ਹੋ ਗਏ। ਯੋਗਾ ਇੰਨੀ ਦੇਰ ਤੋਂ ਚੱਲ ਰਿਹਾ ਸੀ, ਬਟ ਜਦ ਤੱਕ ਵੈਸਟ ਨੇ ਉਹਨੂੰ ਨਹੀਂ ਅਪਣਾਇਆ, ਇੰਡੀਆ 'ਚ ਯੋਗਾ ਨਹੀਂ ਫੇਮਸ ਹੋਇਆ। ਸਿਮਿਲਰਲੀ ਸੈਰੇਲੈਕ ਹੈ ਕਿ ਬੇਸਿਕਲੀ ਦਾਲ ਅਤੇ ਚਾਵਲ ਦਾ ਪਾਊਡਰਡ ਡਰਾਈਡ ਫਾਰਮ ਹੈ ਨਾ। ਇੱਥੇ ਤਾਂ ਖਿਚੜੀ ਬਣਦੀ ਹੈ, ਹਰ ਘਰ 'ਚ ਬਣਦੀ ਹੈ, ਅਸੀਂ ਸੈਰੇਲੈਕ ਕਿਉਂ ਲੈ ਰਹੇ ਹਾਂ? ਦੇਰ ਇਜ਼ ਨੋ ਲੋਜਿਕ ਕਿ ਇੰਡੀਅਨ ਫੈਮਿਲੀ ਨੂੰ ਸੈਰੇਲੈਕ ਲੈਣਾ ਪਏ ਜਦ ਅਸੀਂ ਖਿਚੜੀ ਬਣਾ ਸਕਦੇ ਹਾਂ। ਜਸਟ ਬਿਕੋਜ਼ ਉਹਨਾਂ ਦੀ ਐਡਵਰਟਿਜ਼ਮੈਂਟ ਐਂਡ ਮਾਰਕੀਟਿੰਗ ਇੰਨੀ ਸਟਰੋਂਗ ਹੈ ਕਿ ਉਹਨਾਂ ਨੇ ਸਾਡੇ ਦਿਮਾਗ 'ਚ ਪਾਤਾ ਹੈ ਕਿ ਇਹ ਤਾਂ ਕੰਪਲਸਰੀ ਫੂਡ ਹੈ ਬੱਚਿਆਂ ਦਾ। ਦੈਟ ਇਜ਼ ਵਾਈ ਅਸੀਂ ਉਸ ਟ੍ਰੈਪ ਦੇ ਵਿੱਚ ਜਾ ਰਹੇ ਹਾਂ। ਜਿਵੇਂ ਬੋਨਵੀਟਾ ਦੀ ਗੱਲ ਕਰੀਏ, ਸਾਡੇ ਟਾਈਮ 'ਤੇ ਬੋਨਵੀਟਾ ਇੱਕ ਸਭ ਤੋਂ ਵੱਡੀ ਹੈਲਥ ਡਰਿੰਕ ਹੁੰਦੀ ਸੀ। ਐਡ 'ਚ ਦਿਖਾਉਂਦੇ ਸੀ ਕਿ ਬੱਚਾ ਵੱਡਾ ਹੋਈ ਜਾ ਰਿਹਾ ਉਹ ਬੋਨਵੀਟਾ ਪੀ ਕੇ। ਨਾ ਦੈਟ ਇਜ਼ ਆਲ ਨੋਨਸੈਂਸ। ਹੁਣ ਤਾਂ ਕਹਿ ਤਾ ਗਵਰਨਮੈਂਟ ਨੇ ਕਿ ਉਹਨੂੰ ਹੈਲਥ ਡਰਿੰਕ ਨਹੀਂ ਕਹਿ ਸਕਦੇ, ਇਟ ਇਜ਼ ਜਸਟ ਸ਼ੂਗਰ, ਨਥਿੰਗ ਐਲਸ। ਬਟ ਪ੍ਰੋਬਲਮ ਕੀ ਹੈ? ਲੇਬਲਿੰਗ। ਜਿਵੇਂ ਸਿਗਰਟ ਦੇ ਡੱਬੇ ਦੇ ਉੱਤੇ ਇੰਨਾ ਵੱਡਾ ਲਿਖਿਆ ਹੁੰਦਾ ਵਾਰਨਿੰਗ ਸਾਈਨ, ਇਹਨਾਂ 'ਤੇ ਵੀ ਵੱਡੇ ਵੱਡੇ ਵਾਰਨਿੰਗ ਸਾਈਨ ਹੋਣੇ ਚਾਹੀਦੇ ਹੈ ਵੈਨ ਦੇ ਆਰ ਪੁਟਿੰਗ ਟੂ ਮੱਚ ਸਾਲਟ ਔਰ ਸ਼ੂਗਰ ਇਨ ਟੂ ਦਾ ਫੂਡ। ਸੋ ਜ਼ਰੂਰੀ ਹੈ ਗਵਰਨਮੈਂਟ ਨੂੰ ਲੇਬਲਸ ਨੂੰ ਰੈਗੂਲੇਟ ਕਰਨਾ, ਐਂਡ ਐਜ਼ ਅ ਕੰਜ਼ਿਊਮਰ ਸਾਨੂੰ ਲੇਬਲ ਪੜ੍ਹਨਾ ਆਉਣਾ ਚਾਹੀਦਾ।
ਅਤੇ ਜਿਵੇਂ ਹੁਣ ਜੰਕ ਫੂਡ ਦਾ ਟ੍ਰੈਂਡ ਚੱਲ ਰਿਹਾ, ਜੰਕ ਫੂਡ ਖਾਏ ਬਿਨਾਂ ਇੱਕ ਦਿਨ ਨਹੀਂ ਨਿਕਲ ਸਕਦਾ ਕਿਸੇ ਬੱਚੇ ਦਾ, ਐਵੇਂ ਉਹਦਾ ਤਲਬ ਹੋਣ ਲੱਗ ਜਾਂਦੀ ਹੈ ਅੰਦਰੋਂ, ਇਹ ਚੀਜ਼ਾਂ ਬਹੁਤ ਵੱਧ ਰਹੀਆਂ ਨੇ ਟਾਈਮ ਨਾਲ, ਅਤੇ ਇਹਦਾ ਕੋਈ ਸੋਲਿਊਸ਼ਨ ਜਾਂ ਇਹਦੇ ਬਾਰੇ ਤੁਸੀਂ ਕੀ ਕਹੋਗੇ? ਇਹਦਾ ਇੱਕ ਹੀ ਸੋਲਿਊਸ਼ਨ ਹੈ. ਸੋ ਅਡਿਕਸ਼ਨ ਕੀ ਹੁੰਦੀ ਹੈ? ਅਡਿਕਸ਼ਨ ਸਿਰਫ ਇੱਕ ਰੀਜ਼ਨ ਹੈ, ਬਿਕੋਜ਼ ਆਫ ਵੈਰੀ ਹਾਈ ਕੰਟੈਂਟ ਆਫ ਸੋਡੀਅਮ, ਮਤਲਬ ਕਿ ਨਮਕ. ਦੂਜਾ ਕਾਰਨ ਹੈ ਅਡਿਕਸ਼ਨ ਦਾ ਸ਼ੂਗਰ. ਕਿਸੇ ਵੀ ਚੀਜ਼ ਦੇ ਵਿੱਚ 10 ਗੁਣਾ ਸਾਲਟ ਜਾਂ 10 ਗੁਣਾ ਸ਼ੂਗਰ ਹੋਏਗੀ, ਇਟ ਵਿਲ ਬਿਕਮ ਵੈਰੀ ਵੈਰੀ ਅਡਿਕਟਿਵ. ਸਾਨੂੰ ਦੂਜਾ ਖਾਣਾ ਜਿਹੜਾ ਹੈ ਉਹ ਫਿੱਕਾ ਲੱਗਣੇ ਲੱਗ ਜਾਏਗਾ. ਸੋ ਇਹਦਾ ਇੱਕ ਸਿੰਪਲ ਸੋਲਿਊਸ਼ਨ ਹੈ, ਘਰ 'ਚ ਆ ਹੀ ਨਹੀਂ ਸਕਦਾ. ਵੀ ਹੈਵ ਟੂ ਐਸ ਪੇਰੈਂਟਸ ਐਸ ਅਡਲਟਸ ਸਟੋਪ ਕੰਜ਼ਿਊਮਿੰਗ ਚਿਪਸ, ਮੈਗੀਜ਼, ਬਿਸਕਿਟਸ. ਐਂਡ ਜੇ ਘਰ 'ਚ ਹੀ ਨਹੀਂ ਆਏਗਾ ਨਾ, ਤਾਂ ਇੱਕ ਫਿਨੋਮਨਾ ਹੁੰਦਾ ਆਊਟ ਆਫ ਮਾਇੰਡ ਐਂਡ ਆਊਟ ਆਫ ਸਾਈਟ. ਅਤੇ ਬੱਚੇ ਨੇ ਹਫ਼ਤਾ ਰੋਲੇਗਾ, ਉਸ ਤੋਂ ਬਾਅਦ ਕੀ ਹੋਏਗਾ, ਉਹਨਾਂ ਨੇ ਕੋਈ ਹੋਰ ਚੀਜ਼ ਲੱਭ ਲੈਣੀ ਹੈ. ਬਟ ਪ੍ਰੋਬਲਮ ਕੀ ਹੈ, ਬਿਕੋਜ਼ ਸਾਨੂੰ ਹੁੰਦਾ ਕਿ ਗੈਸਟ ਆ ਜਾਏਗਾ, ਅਸੀਂ ਪੈਪਸੀ ਜਾਂ ਕੋਕ ਰੱਖ ਲਈਏ, ਉਹ ਬੱਚੇ ਨੂੰ ਦਿਸਦਾ ਰਹੇਗਾ, ਅਤੇ ਉਹਨਾਂ ਨੇ ਅਲਟੀਮੇਟਲੀ ਟੈਂਟਰਮ ਕਰਕੇ ਮੰਗਣਾ ਹੀ ਮੰਗਣਾ. ਸੋ ਇਟ ਇਜ਼ ਜਸਟ ਵਨ ਥਿੰਗ ਸਿੰਪਲ ਕਿ ਅਸੀਂ ਲੇਬਲ ਪੜ੍ਹੀਏ, ਐਂਡ ਜਿਹੜੀ ਚੀਜ਼ ਸਾਡੇ ਹੈਲਥ ਲਈ ਚੰਗੀ ਨਹੀਂ ਹੈ ਉਹ ਆ ਵੀ ਨਹੀਂ ਸਕਦੀ ਫਿਰ ਘਰ, ਆਏਗੀ ਤਾਂ ਬੱਚਿਆਂ ਨੇ ਲੈਣੀ ਲੈਣੀ ਹੈ. ਅਤੇ ਜਿਵੇਂ ਵਿਦੇਸ਼ਾਂ ਦੇ ਵਿੱਚ ਯੰਗਸਟਰਸ ਦੀ ਮੌਤਾਂ ਦੀ ਬਹੁਤ ਜ਼ਿਆਦਾ ਕੇਸਿਸ ਵੱਧ ਗਏ ਹੈ, ਇੰਡੀਆ ਦੇ ਵਿੱਚ ਵੀ ਹਾਰਟ ਅਟੈਕ ਦੇ ਕੇਸਿਸ ਬਹੁਤ ਆਮ ਹੋ ਗਏ ਹੈ, ਅਤੇ ਇਹਦੇ ਪਿੱਛੇ ਕੀ ਰੀਜ਼ਨਸ ਨੇ? ਅਗੇਨ ਮਲਟੀਫੈਕਟੋਰੀਅਲ ਰੀਜ਼ਨਸ ਹੋ ਸਕਦੇ ਹੈ ਇਹਦੇ ਪਿੱਛੇ. ਸਭ ਤੋਂ ਇੰਪੋਰਟੈਂਟ ਜਿਹੜਾ ਕਾਰਨ ਨਜ਼ਰ ਆ ਰਿਹਾ ਸਾਡਾ ਲਾਈਫ ਸਟਾਈਲ, ਫੂਡ ਹੈਬਿਟਸ ਬਹੁਤ ਗੰਦੀ ਹੋ ਗਈ ਹੈ. ਸੈਕਿੰਡ ਇਜ਼ ਕਿ ਹੁਣ ਸਟ੍ਰੈਸ ਬਹੁਤ ਜ਼ਿਆਦਾ ਹੋ ਗਿਆ ਹੈ, ਰੈਸਟ ਬਾਡੀ ਨੂੰ ਨਹੀਂ ਮਿਲ ਰਿਹਾ, ਬਿਕੋਜ਼ ਅਗੇਨ ਅਸੀਂ ਸਕਰੀਨ ਟਾਈਮ ਦੇ ਬਾਰੇ ਗੱਲ ਕੀਤੀ. ਪਹਿਲੇ ਟਾਈਮ 'ਚ ਸੁਣਦੇ ਸੀ, ਹੁਣ ਸਭ ਦੀ ਆਦਤ ਹੈ ਕਿ ਜੋ ਕੋਈ ਬੈੱਡ 'ਤੇ ਬਹਿੰਦਾ ਹੈ ਐਟਲੀਸਟ ਹਾਫ ਐਨ ਆਵਰ ਟੂ 1 ਆਵਰ ਡੈਡ ਸਕਰੋਲਿੰਗ ਹੁੰਦੀ ਹੈ, ਤੁਸੀਂ ਬਸ ਸਕਰੋਲਿੰਗ ਕਰੀ ਜਾ ਰਹੇ ਹੋ, ਬਹੁਤ ਜ਼ਿਆਦਾ ਇਫੈਕਟ ਹੋ ਰਿਹਾ, ਮਾਇੰਡ ਨੂੰ ਜਿਹੜਾ ਹੈ ਰੈਸਟ ਨਹੀਂ ਮਿਲ ਰਿਹਾ ਹੈ. ਸੋ ਛੋਟੇ ਛੋਟੇ ਕਾਰਨ ਨੇ, ਬਟ ਇਹ ਸਾਰੇ ਐਡ ਕਰਕੇ ਬੇਸਿਕਲੀ ਲਾਈਫ ਸਟਾਈਲ ਡਿਜ਼ੀਜ਼ ਬਣ ਰਹੀ ਹੈ, ਜਿਹਦੇ ਕਰਕੇ ਅਸੀਂ ਦੇਖ ਰਹੇ ਹਾਂ ਕਿ ਹਾਈਪਰਟੈਂਸ਼ਨ, ਡਾਇਬਟੀਜ਼, ਕਾਰਡੀਐਕ ਅਰੈਸਟ, ਹਾਰਟ ਅਟੈਕਸ, ਸਟ੍ਰੋਕਸ, ਓਬੀਸਿਟੀ, ਇਹ ਸਾਰਾ ਕੁਝ ਬਹੁਤ ਜ਼ਿਆਦਾ ਵੱਧ ਰਿਹਾ ਹੁਣ ਐਟ ਦ ਏਜ ਆਫ 25 to 35. ਜਿਵੇਂ ਤੁਸੀਂ ਸਕਰੀਨ ਟਾਈਮ ਦੀ ਗੱਲ ਕਰੀ ਹੈ, ਅਤੇ ਰਾਤੀ ਸਾਰੀ ਸਕਰੋਲ ਕਰਕੇ ਸੌਂਦੇ ਆ ਜਿਵੇਂ ਤੁਸੀਂ ਕਿਹਾ, ਅਤੇ ਨੀਂਦ ਨਹੀਂ ਆਉਂਦੀ ਕਈ ਵਾਰ ਨਾ, ਬਹੁਤ ਦਿੱਕਤ ਆਉਂਦੀ ਹੈ, ਨੀਂਦ ਦੀ ਸਮੱਸਿਆ ਵੀ ਹੋ ਜਾਂਦੀ ਹੈ ਨਾ ਇਹਦੇ ਨਾਲ? ਬਹੁਤ ਜ਼ਿਆਦਾ ਹੁੰਦੀ ਹੈ. ਸੋ ਮੈਂ ਇੱਕ ਇਗਜ਼ਾਮਪਲ ਦੱਸਦਾ, ਸੋ ਜੇ ਅਸੀਂ ਸਾਨੂੰ ਨੀਂਦ ਆਈ ਹੁੰਦੀ ਹੈ, ਬਟ ਅਸੀਂ ਜਦ ਰਾਤ ਨੂੰ ਨਾ, ਸਾਡਾ ਇੱਕ ਸਲੀਪ ਰੈਗੂਲੇਟਿੰਗ ਹਾਰਮੋਨ ਹੈ ਵਿਚ ਇਜ਼ ਕਾਲਡ ਮੈਲਾਟੋਨਿਨ. ਨਾਓ ਅਸੀਂ ਲਾਈਟ ਆਫ ਕਰਤੀ, ਬਟ ਅਸੀਂ ਫੋਨ ਚਲਾ ਲਿਆ, ਫੋਨ ਦੀ ਜਿਹੜੀ ਲਾਈਟ ਆ ਰਹੀ ਹੈ ਨਾ, ਉਹਨੇ ਸਾਡਾ ਹਾਰਮੋਨਲ ਇੰਬੈਲੈਂਸ ਜਿਹੜਾ ਹੈ ਉਹ ਕਰ ਦੇਣਾ, ਮੈਲਾਟੋਨਿਨ ਦੀ ਜਿਹੜੀ ਸਿਕਰੀਸ਼ਨਸ ਹੈ ਉਹ ਅਫੈਕਟ ਹੋ ਜਾਏਗੀ. ਫਿਰ ਕੀ ਹੋਏਗਾ, ਫਿਰ ਬਾਡੀ ਦਾ ਤਾਂ ਟਾਈਮ ਹੋ ਗਿਆ ਸੌਣ ਦਾ, ਬਟ ਬਿਕੋਜ਼ ਆਈਸ 'ਚ ਲਾਈਟ ਹੋ ਰਹੀ ਹੈ, ਸਾਡਾ ਹਾਰਮੋਨ ਜਿਹੜੇ ਅਵੇਕ ਹਾਰਮੋਨਸ ਹੈ ਉਹ ਵਧਣੇ ਸ਼ੁਰੂ ਹੋ ਜਾਣਗੇ, ਬਾਡੀ ਦਾ ਸ਼ਟਡਾਊਨ ਦਾ ਟਾਈਮ ਹੋ ਰਿਹਾ, ਸੋ ਕਲਾਊਡੀਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ. ਬਹੁਤ ਵਾਰ ਅਸੀਂ ਜਦ ਫੋਨ ਦੇਖ ਰਹੇ ਹੁੰਦੇ ਸਾਨੂੰ ਨੀਂਦ ਆ ਰਹੀ ਹੁੰਦੀ ਹੈ, ਬਟ ਅਸੀਂ ਫੋਨ ਸਾਈਡ 'ਤੇ ਰੱਖਦੇ ਹਾਂ, ਨੀਂਦ ਗਾਇਬ ਹੋ ਜਾਂਦੀ ਹੈ, ਬਿਕੋਜ਼ ਸਾਡੇ ਹਾਰਮੋਨਸ ਆਲਰੇਡੀ ਸਿਕਰੀਟ ਹੋ ਚੁੱਕੇ ਹੈ ਬਿਕੋਜ਼ ਆਫ ਦ ਲਾਈਟ. ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਅਸੀਂ ਇੱਕ ਟਾਈਮ ਸੈੱਟ ਕਰੀਏ, ਦੇਖ ਲਓ 15 ਮਿੰਟ, ਬਟ ਜਦ ਔਫ ਹੈ ਤਾਂ ਔਫ ਹੈ, ਬਟ ਇਸ਼ੂ ਕੀ ਹੈ, ਸਾਨੂੰ 2 ਮਿੰਟ ਨੀਂਦ ਨਹੀਂ ਆਉਂਦੀ, ਵਾਪਸ ਫੋਨ ਆ ਜਾਂਦਾ,
ਅਤੇ ਫਿਰ ਉਹਦੀ ਲਾਈਟ ਫਿਰ ਅੱਖਾਂ 'ਚ ਪੈਂਦੀ ਹੈ, ਸਾਡਾ ਅਵੇਕ ਹਾਰਮੋਨ ਇਨਕਰੀਜ਼ ਹੋ ਜਾਏਗਾ, ਫਿਰ ਸਾਨੂੰ ਅੱਧਾ ਘੰਟਾ ਨੀਂਦ ਨਹੀਂ ਆਉਣੀ। ਸੋ ਬਹੁਤ ਜ਼ਰੂਰੀ ਹੈ ਆਪਣੇ ਮੈਂਟਲ ਹੈਲਥ ਨੂੰ ਵੀ ਕੰਸਿਡਰ ਕਰਨਾ ਹੈ, ਉਹਨੂੰ ਵੀ ਬਚਾ ਕੇ ਰੱਖਣਾ। ਪੂਰੇ ਇੰਡੀਆ ਦੀ ਗੱਲ ਕਰ ਲਓ, ਹਰ ਘਰ ਦੇ ਵਿੱਚ ਇੱਕ ਡਾਕਟਰ ਹੁੰਦਾ ਹੈ ਕਿਹਾ ਜਾਂਦਾ ਹੈ, ਬਿਨਾਂ ਦਵਾਈ ਮਤਲਬ ਸੁਜੈਸ਼ਨ ਲਈ ਪ੍ਰਿਸਕ੍ਰਿਪਸ਼ਨ ਤੇ ਬਿਨਾਂ ਡਾਕਟਰ ਤੋਂ ਆਪੀ ਵੀ ਇਹ ਦਵਾਈ ਖਾ ਲਈ, ਇੰਟਰਨੈਟ ਤੋਂ ਇਹ ਹੈ, ਘਬਰਾ ਜਾਂਦੇ ਨੇ ਇੰਟਰਨੈਟ 'ਤੇ ਸਿਮਟਮਸ ਦੇਖ ਕੇ, ਕੋਜ਼ ਮਤਲਬ ਕੀ ਐਡੀ ਵੱਡੀ ਬਿਮਾਰੀ ਹੋ ਗਈ ਮੈਨੂੰ, ਅਤੇ ਦਵਾਈ ਲੈਣ ਤੋਂ ਪਰਹੇਜ਼ ਕਰਦੇ ਨੇ ਲੋਕ, ਡਾਕਟਰ ਕੋਲ ਹੁਣ ਵੀ ਆਉਣਾ ਨਹੀਂ ਪਸੰਦ ਕਰਦੇ। ਇਹ ਬਿਲਕੁਲ ਸਹੀ ਗੱਲ ਹੈ ਜੋ ਤੁਸੀਂ ਕਹਿ ਰਹੇ ਹੋ। ਸੋ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਕਿ ਇਹਦੇ ਦਾ ਇਹ ਦਵਾਈ ਤੁਸੀਂ ਦੇ ਰਹੇ ਹੋ ਇਹਦਾ ਕੋਈ ਸਾਈਡ ਇਫੈਕਟ ਦਾ ਨਹੀਂ ਹੈ, ਬਿਕੋਜ਼ ਅੱਜ ਕੱਲ੍ਹ ਬਹੁਤ ਅਵੇਅਰ ਨੇ। ਮੈਂ ਇੱਕ ਗੱਲ ਪੁੱਛਦਾ ਕਿ ਜਿਹੜਾ ਖਾਣਾ ਅਸੀਂ ਖਾ ਰਹੇ ਹਾਂ ਉਹਦੇ ਸਾਈਡ ਇਫੈਕਟਸ ਬਾਰੇ ਅਸੀਂ ਕਦੇ ਨਹੀਂ ਗੱਲ ਕਰਦੇ। ਮੈਗੀਜ਼, ਚਿਪਸ, ਉਹਦੇ ਬਾਰੇ ਕੋਈ ਸਾਨੂੰ ਨਹੀਂ ਪਰਵਾਹ ਆ ਰਹੀ, ਬਟ ਮੈਡੀਸਨ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਿਤ ਹੋ ਜਾਂਦੇ ਆ। ਆਈ ਅਗਰੀ ਵਿਦ ਸਮ ਪੇਰੈਂਟਸ ਕਿ ਠੀਕ ਹੈ, ਮੈਡੀਸਨ ਦੀ ਵੀ ਲੋੜ ਨਹੀਂ ਹੁੰਦੀ। ਸਭ ਤੋਂ ਜ਼ਿਆਦਾ ਅਬਿਊਜ਼ਡ ਮੈਡੀਸਨ ਹੈ ਐਂਟੀਬਾਇਓਟਿਕਸ। ਇੱਕ ਦਿਨ ਦਾ ਬੁਖਾਰ ਆਇਆ, ਗਲਾ ਖਰਾਬ ਹੋਇਆ, ਪੂਰੀ ਦੁਨੀਆ ਔਗਮੈਂਟਿਨ ਏਜ਼ੀ ਖਾਣਾ ਸ਼ੁਰੂ ਕਰ ਦਿੰਦੀ ਹੈ। ਨਾਓ ਡੂ ਵੀ ਨੋ ਕਿ ਔਗਮੈਂਟਿਨ ਏਜ਼ੀ ਤੋਂ ਬਾਅਦ ਕੋਈ ਹੋਰ ਓਰਲ ਡਰੱਗ ਜਿਹੜਾ ਹੈ ਉਹ ਬਚਿਆ ਹੀ ਨਹੀਂ ਹੈ? ਰਜਿਸਟੈਂਸ ਕਿੰਨੀ ਜ਼ਿਆਦਾ ਪੈਦਾ ਹੋਣੀ ਸ਼ੁਰੂ ਹੋ ਗਈ ਹੈ ਟੂ ਦੀਸ ਡਰੱਗਸ, ਬਿਕੋਜ਼ ਅਗੇਨ ਰੈਗੂਲੇਸ਼ਨਸ। ਇੰਡੀਆ 'ਚ ਅਸੀਂ ਕੈਮਿਸਟ ਤੋਂ ਜਾ ਕੇ ਲੈ ਸਕਦੇ ਹਾਂ, ਬਾਹਰ ਅਲਾਊਡ ਨਹੀਂ ਹੈ ਔਗਮੈਂਟਿਨ ਖਾਣਾ ਵਿਦਆਊਟ ਅ ਡਾਕਟਰਸ ਪ੍ਰਿਸਕ੍ਰਿਪਸ਼ਨ, ਐਂਡ ਡਾਕਟਰ ਵੀ ਇੱਦਾਂ ਲਿਖ ਕੇ ਪ੍ਰਿਸਕ੍ਰਾਈਬ ਨਹੀਂ ਕਰ ਸਕਦਾ। ਇਟ ਹੈਜ਼ ਟੂ ਬੀ ਸਪੋਰਟਿਡ ਵਿਦ ਅ ਐਵੀਡੈਂਸ ਕਿ ਉਹਦੇ ਬਲੱਡ 'ਚ ਕੁਛ ਆਇਆ ਹੈ। ਤਾਂ ਹੀ ਕਰਕੇ ਅਸੀਂ ਦੇਖ ਰਹੇ ਹਾਂ ਕਿ ਸਾਡੀ ਰਜਿਸਟੈਂਸ ਟੂ ਐਂਟੀਬਾਇਓਟਿਕਸ ਇਨ ਇੰਡੀਆ ਇਜ਼ ਟੂ ਹਾਈ, ਐਂਡ ਇਹ ਵੀ ਬਹੁਤ ਜ਼ਿਆਦਾ ਘਬਰਾਉਣ ਵਾਲੀ ਗੱਲ ਹੈ, ਬਿਕੋਜ਼ ਆਉਣ ਵਾਲੀ ਪੀੜ੍ਹੀਆਂ ਲਈ ਸਾਡੇ ਕੋਲ ਗਲੇ ਖਰਾਬ ਦੀ ਕੋਈ ਦਵਾਈ ਨਹੀਂ ਬਚਦੀ, ਬਿਕੋਜ਼ ਔਗਮੈਂਟਿਨ ਐਨਰਜੀ ਨੇ ਤਾਂ ਕੰਮ ਕਰਨਾ ਬੰਦ ਕਰਤਾ। ਸੋ ਵੀ ਹੈਵ ਟੂ ਬੀ ਕੇਅਰਫੁਲ, ਅਗੇਨ ਹੈਵ ਯੋਰ ਫੂਡ ਲਾਈਕ ਯੋਰ ਮੈਡੀਸਨਸ, ਅਦਰਵਾਈਜ਼ ਯੂ ਵਿਲ ਹੈਵ ਯੋਰ ਮੈਡੀਸਨਸ ਲਾਈਕ ਯੋਰ ਫੂਡ। ਐਵੇਂ ਦਾ ਕਿਹੜਾ ਫੂਡ ਆਈਟਮ ਹੈ, ਚਾਹੇ ਸਬਜ਼ੀ ਚਾਹੇ ਕੁਛ ਵੀ, ਜਿਹਦੇ ਵਿੱਚ ਸਭ ਤੋਂ ਜ਼ਿਆਦਾ ਪੌਸ਼ਟਿਕ ਤੱਤ ਹੁੰਦੇ ਆ, ਜਿਹਨੂੰ ਅੰਮ੍ਰਿਤ ਕਹਿ ਸਕਦੇ ਹਾਂ ਆਪਾਂ? ਸਭ ਤੋਂ ਜੇ ਅਸੀਂ ਹੈਲਦੀ ਚੀਜ਼ ਦੀ ਗੱਲ ਕਰੀਏ ਨਾ, ਇਮਿਊਨਿਟੀ ਦੀ ਗੱਲ ਕਰੀਏ, ਵਾਈਟਮਿਨ ਸੀ ਬੱਚਿਆਂ ਲਈ ਬਹੁਤ ਜ਼ਰੂਰੀ ਹੈ। ਆਮਲਾ, ਨਿੰਬੂ, ਔਰੇਂਜਸ, ਜੇ ਤੁਹਾਡੇ ਬੱਚੇ ਨੂੰ ਬਾਰ ਬਾਰ ਰੈਕਰੈਂਟ ਕਫ ਕੋਲਡ ਹੁੰਦਾ ਹੈ, ਵਾਈਟਮਿਨ ਸੀ ਇਜ਼ ਯੋਰ ਆਂਸਰ। ਆਮਲੇ ਤੋਂ ਜ਼ਿਆਦਾ ਹੈਲਦੀ ਚੀਜ਼ ਕੁਛ ਨਹੀਂ ਹੈ। ਸੋ ਸਾਨੂੰ ਉਹ ਚੀਜ਼ ਵਾਪਸ ਲੈ ਕੇ ਆਉਣੀ ਹੈ। ਹੁਣ ਅਗੇਨ ਅਸੀਂ ਵੀ ਜਦ ਆਮਲਾ ਰੈਕਮੈਂਡ ਕਰਦੇ ਹਾਂ ਨਾ ਕਿਸੇ ਪੇਰੈਂਟ ਨੂੰ, ਸਭ ਤੋਂ ਪਹਿਲੀ ਚੀਜ਼ ਆਉਂਦੀ ਹੈ ਕਿ ਅਸੀਂ ਆਮਲਾ ਕੈਂਡੀਜ਼ ਲੈ ਲਈਏ, ਕਿ ਅਸੀਂ ਆਮਲਾ ਪਤੰਜਲੀ ਵਾਲਾ ਆਮਲਾ ਜਾਂ ਐਕਸ ਵਾਈ ਜ਼ੈਡ ਵਾਲਾ ਆਮਲਾ ਲੈ ਲਈਏ। ਨਹੀਂ, ਅਸੀਂ ਇੰਨੇ ਅਕਸਟਮਡ ਹੋ ਚੁੱਕੇ ਹਾਂ ਨਾ ਮਾਰਕੀਟ ਤੋਂ, ਅਸੀਂ ਮੰਡੀ ਤੋਂ ਆਮਲਾ ਲੈ ਕੇ ਆਉਣਾ, ਐਂਡ ਉਸ ਤੋਂ ਬਾਅਦ ਉਹਨੂੰ ਯੂਜ਼ ਕਰਨਾ। ਆਮਲਾ ਨੂੰ ਹੁਣ ਇਟਸ ਨੋਟ ਅ ਵੈਰੀ ਟੇਸਟੀ ਥਿੰਗ, ਤੁਸੀਂ ਔਰੇਂਜ ਜੂਸ ਲਓ, ਵਾਟਰਮੈਲਨ ਜੂਸ ਲਓ, ਉਹਦੇ ਅੰਦਰ ਥੋੜ੍ਹਾ ਆਮਲਾ ਪਾ ਲਓ, ਦੈਟ ਇਜ਼ ਹਾਓ ਮਿਕਸ ਕਰਕੇ ਦਿਓ ਬੱਚੇ ਨੂੰ, ਗੇਮ ਬਣਾਓ ਖਾਣਾ। ਯੋਗਰਟ ਲਓ, ਦਹੀਂ 'ਚ ਤੁਸੀਂ ਹਨੀ ਪਾ ਲਓ, ਆਮਲਾ ਪਾ ਲਓ, ਬਨਾਨਾ ਪਾ ਲਓ, ਨਟਸ ਪਾ ਲਓ, ਦੈਟ ਬਿਕਮਸ ਅ ਵੈਰੀ ਹੈਲਦੀ ਮੀਲ ਫੋਰ ਦਾ ਚਾਈਲਡ। ਸੋ ਬਹੁਤ ਜ਼ਰੂਰੀ ਹੈ ਕਿ ਅਗੇਨ ਪੈਕੇਜ ਫੂਡ ਤੋਂ ਦੂਰ ਰਹੀਏ। ਆਮਲਾ ਕੈਂਡੀਜ਼ 'ਚ ਕੁਛ ਨਹੀਂ ਹੈ, ਅਗੇਨ ਬੋਨਵੀਟਾ ਦੀ ਤਰ੍ਹਾਂ ਉਹਦੇ 'ਚ ਵੀ ਪੈਕੇਜਿੰਗ ਹੈ ਕਿ ਮੇਡ ਆਊਟ ਆਫ 100% ਆਮਲਾ, ਬਟ ਐਕਚੁਲੀ ਉਹ ਆਮਲਾ ਨਹੀਂ ਹੁੰਦਾ। ਅਤੇ ਜਿਵੇਂ ਗੱਲ ਕਰੀਏ ਕਿ ਹੁਣ ਗਰੋਥ ਬਹੁਤ ਘੱਟ ਗਈ ਹੈ ਬੱਚਿਆਂ ਦੇ ਵਿੱਚ, ਆਪਣੀ ਜੋ ਲਾਈਫ ਦੀ ਲਿਮਿਟ ਹੈ, ਏਜ ਜੋ ਹੁੰਦੀ ਹੈ ਫਿਕਸਡ, ਉਹ ਵੀ ਘੱਟ ਗਈ ਹੈ, ਇਹਦੇ ਪਿੱਛੇ ਕੀ ਰੀਜ਼ਨਸ ਨੇ? ਰੀਜ਼ਨਸ ਇਹੀ ਹੈ, ਲਾਈਫ ਸਟਾਈਲ। ਨਾਓ ਅਸੀਂ ਦੇਖਦੇ ਸੀ ਕਿ ਜਿਹੜੇ ਸਾਡੇ ਬਜ਼ੁਰਗ ਸੀਗਾ, ਆਈ ਵੁੱਡ ਸੇ ਦੋ ਜਨਰੇਸ਼ਨ ਪਿੱਛੇ, ਸਭ ਤੋਂ ਪਹਿਲੀ ਚੀਜ਼ ਹੈ ਸੈਡੈਂਟਰੀ ਲਾਈਫ ਸਟਾਈਲ।
ਹੁਣ ਵਰਕਿੰਗ ਕਲਚਰ ਇੰਨਾ ਜ਼ਿਆਦਾ ਹੋ ਗਿਆ, ਪੀਪਲ ਆਰ ਐਕਚੁਅਲੀ ਵਰਕਿੰਗ 7 days a ਵੀਕ। ਪਹਿਲੇ ਲੋਕਾਂ ਨੂੰ ਖੇਤਾਂ 'ਚ ਜਾਣਾ ਹੁੰਦਾ ਸੀ, ਕੰਮ ਕਰਨਾ ਹੁੰਦਾ ਸੀ, ਜਿਹੜੀ ਹਾਊਸ ਵਾਈਫ ਸੀਗੇ ਉਹਨਾਂ ਨੂੰ ਵੀ ਘਰ 'ਚ ਸਾਰੇ ਕੰਮ ਆਪਣੇ ਆਪ ਕਰਨੇ ਪੈਂਦੇ ਸੀ। ਐਜ ਅ ਸਟੂਡੈਂਟ ਤੁਹਾਨੂੰ ਸਕੂਲ ਜਾਣ ਦਾ ਆਪਸ਼ਨ ਸੀਗਾ ਇਧਰ ਪੈਦਲ ਜਾਂ ਸਾਈਕਲ, ਰਾਈਟ? ਸੋ ਦੇਰ ਵਰ ਫਿਜ਼ੀਕਲ ਐਕਟੀਵਿਟੀਜ਼। ਹੁਣ ਅਸੀਂ ਦੇਖ ਰਹੇ ਹਾਂ ਕਿ 2nd class 3rd class ਤੋਂ ਬੱਚਿਆਂ ਦੀ ਟਿਊਸ਼ਨ ਸ਼ੁਰੂ ਹੋ ਜਾਂਦੀ ਹੈ। ਰੀਜ਼ਨ ਇਜ਼ ਕਿ ਪੇਰੈਂਟਸ ਡਿਊ ਟੂ ਦੇਅਰ ਬਿਜ਼ੀ ਸ਼ਡਿਊਲ ਉਹਨਾਂ ਕੋਲ ਟਾਈਮ ਨਹੀਂ ਹੈ, ਬੱਚਾ ਘਰ 'ਚ ਰਹੇਗਾ ਟੀਵੀ ਦੇਖੇਗਾ। ਇਸ ਤੋਂ ਬੈਟਰ ਹੈ ਕਿ ਜੀ ਅਸੀਂ ਉਹਨਾਂ ਨੂੰ ਟਿਊਸ਼ਨ 'ਚ ਪਾ ਦਈਏ, ਉਹਦਾ ਪੂਰਾ ਟਾਈਮ ਪਾਸ ਵੀ ਹੋ ਜਾਏਗਾ ਐਂਡ ਯੂਟੀਲਾਈਜੇਸ਼ਨ ਵੀ ਠੀਕ ਹੋ ਜਾਏਗੀ। ਸੋ ਸਾਡਾ ਸੈਡੈਂਟਰੀ ਲਾਈਫ ਸਟਾਈਲ ਐਂਡ ਪੂਅਰ ਡਾਇਟਰੀ ਹੈਬਿਟਸ ਆਰ ਦ ਰੀਜ਼ਨਸ ਕਿ ਸਾਡੀ ਜਿਹੜੀ ਐਵਰੇਜ ਲਾਈਫ ਸਪੈਨ ਹੈ ਉਹ ਬਹੁਤ ਜ਼ਿਆਦਾ ਘੱਟ ਰਿਹਾ ਔਰ ਅਲਾਰਮਿੰਗ ਰੇਟ 'ਤੇ ਘੱਟ ਰਿਹਾ। ਜੇ ਮੈਂ ਪ੍ਰੈਜੈਂਟ ਜਨਰੇਸ਼ਨ ਦੀ ਗੱਲ ਕਰਾਂ, ਆਲੇ ਦੁਆਲੇ ਅਸੀਂ ਹਰ ਰੋਜ਼ ਨਿਊਜ਼ ਦੇਖਦੇ ਹਾਂ ਕਿ 35 years to 45 years ਇੰਨੇ ਜ਼ਿਆਦਾ ਹਾਰਟ ਅਟੈਕ ਹੋ ਰਹੇ ਹੈ ਐਂਡ ਇਨ ਫਿਟ ਇੰਡੀਵਿਜੁਅਲਸ ਨਾ। ਬਹੁਤ ਜ਼ਿਆਦਾ ਰਿਸਰਚ ਇਹ ਵੀ ਆਈ ਹੈ ਕਿ ਜਿਹੜੇ ਜਿਮ ਗੋਰਸ ਨੇ ਜਿਹੜੇ ਆਰਟੀਫਿਸ਼ਲ ਪ੍ਰੋਟੀਨਸ ਲੈ ਰਹੇ ਹੈ, ਦੈਟ ਇਜ਼ ਵਨ ਆਫ ਦ ਮੇਜਰ ਕੋਜ਼ਿਜ਼ ਫੋਰ ਦੀਜ਼ ਹਾਰਟ ਅਟੈਕਸ। ਸੋ ਅਗੇਨ ਅਸੀਂ ਕੁਇਕ ਰਿਜ਼ਲਟਸ ਚਾਹੁੰਦੇ ਹਾਂ, ਮਸਲ ਬਣਾਉਣਾ, ਜਿਮ ਤਾਂ ਜਾ ਰਹੇ ਹਾਂ ਬਟ ਸਾਨੂੰ ਪ੍ਰੋਟੀਨ ਪਾਊਡਰ ਵੀ ਚਾਹੀਦਾ। ਵੀ ਡੋਂਟ ਨੋ ਕਿਵੇਂ ਬਣ ਰਿਹਾ ਉਹ ਪ੍ਰੋਟੀਨ ਪਾਊਡਰ। ਸੋ ਕਿੱਥੇ ਨਾ ਕਿੱਥੇ ਇਹ ਚੀਜ਼ਾਂ ਅਫੈਕਟ ਤਾਂ ਕਰ ਰਹੀਆਂ ਸਾਨੂੰ। ਅਤੇ ਜਿਵੇਂ ਹੁਣ ਛੋਟੀ ਏਜ ਦੇ ਵਿੱਚ ਬੱਚਿਆਂ ਨੂੰ ਚਸ਼ਮੇ ਲੱਗ ਜਾਂਦੇ ਆ ਅਤੇ ਪੇਰੈਂਟਸ ਵੀ ਇਹਨਾਂ ਚੀਜ਼ਾਂ 'ਤੇ ਧਿਆਨ ਨਹੀਂ ਦਿੰਦੇ, ਤਾਂ ਇਸ ਲਈ ਤੁਸੀਂ ਪੇਰੈਂਟਸ ਨੂੰ ਜਾਂ ਬੱਚਿਆਂ ਨੂੰ ਕੋਈ ਮੈਸੇਜ ਦੇਣਾ ਚਾਹੋ? ਬਹੁਤ ਜ਼ਿਆਦਾ ਅਸੀਂ ਕੇਸਿਸ ਦੇਖ ਰਹੇ ਹਾਂ ਕਿ ਬੱਚਿਆਂ ਨੂੰ ਐਟ ਅਨ ਅਰਲੀ ਏਜ ਆਫ 2 to 3 years ਚਸ਼ਮੇ ਲੱਗ ਰਹੇ ਹਾਂ। ਨਾ ਉਹ ਚਸ਼ਮੇ ਲੱਗਣ ਦਾ ਸਭ ਤੋਂ ਪਹਿਲੀ ਚੀਜ਼ ਹੈ ਲੈੱਸ ਦੈਨ 1 year ਜੇ ਕਿਸੇ ਪੇਰੈਂਟਸ ਨੂੰ ਆਪਣੇ ਬੱਚੇ 'ਚ ਸਕੁਇੰਟ ਨਜ਼ਰ ਆ ਰਿਹਾ, ਮਤਲਬ ਕਿ ਆਈਜ਼ ਦੀ ਅਲਾਈਨਮੈਂਟ ਜਿਹੜੀ ਹੈ ਉਹ ਠੀਕ ਨਹੀਂ ਨਜ਼ਰ ਆ ਰਹੀ, ਯੂ ਸ਼ੁੱਡ ਸੀ ਅ ਆਈ ਸਪੈਸ਼ਲਿਸਟ। ਨਾ ਉਹ ਸਕੁਇੰਟ ਇਜ਼ ਅ ਅਰਲੀ ਸਾਈਨ ਕਿ ਉਹਨਾਂ ਨੂੰ ਚਸ਼ਮੇ ਲੱਗਣ ਦਾ ਚਾਂਸ ਹੋ ਸਕਦਾ ਹੈ। ਕਿਉਂ ਹੋ ਰਿਹਾ ਹੈ? ਨੰਬਰ 1 ਰੀਜ਼ਨ ਇਜ਼ ਕਿ ਸਕਰੀਨ ਟਾਈਮ। ਨਾ ਉਹ ਕਈ ਵਾਰ ਪੇਰੈਂਟ ਡਿਬੇਟ ਕਰਦੇ ਹਾਂ, ਅਸੀਂ ਤਾਂ ਮੋਬਾਈਲ ਦਿਖਾਉਂਦੇ ਨਹੀਂ, ਅਸੀਂ ਤਾਂ ਬਹੁਤ ਦੂਰੋਂ ਟੀਵੀ ਦਿਖਾਉਂਦੇ ਹਾਂ, ਇਕੁਅਲੀ ਬੈਡ ਹੈ। ਇੱਦਾਂ ਨਹੀਂ ਅਸੀਂ ਕਹਿ ਸਕਦੇ ਕਿ ਟੀਵੀ ਦੇਖ ਰਹੇ ਹੋ ਤਾਂ ਕੁਛ ਨਹੀਂ ਹੋਏਗਾ, ਮੋਬਾਈਲ ਨਾਲ ਹੀ ਹੋਏਗਾ। ਤਾਂ ਹੀ ਅਸੀਂ ਇੱਕ ਬਰੋਡ ਟਰਮ ਯੂਜ਼ ਕਰਦੇ ਹਾਂ, ਸਕਰੀਨ ਟਾਈਮ। ਸਕਰੀਨ ਟਾਈਮ ਇਜ਼ ਨੋਟ ਅਲਾਊਡ ਟਿਲ 2 years ਔਫ ਏਜ, ਇਹ ਤਾਂ ਰਿਟਨ ਗਾਈਡਲਾਈਨਸ ਹੈ। ਸਾਡੀ ਆਈਜ਼ ਬਣੀ ਨਹੀਂ ਹੈ ਇੰਨੇ ਪਾਸ ਟੀਵੀ ਜਾਂ ਸਕਰੀਨ ਦੇਖਣ ਲਈ, ਐਂਡ ਬੱਚਿਆਂ ਦਾ ਜੇ ਸਕਰੀਨ ਟਾਈਮ ਪਹਿਲੇ ਸ਼ੁਰੂ ਹੋਏਗਾ ਤਾਂ ਚਸ਼ਮੇ ਦਾ ਚਾਂਸ ਤਾਂ ਵਧਣਾ ਹੀ ਵਧਣਾ ਹੈ, ਸਕੁਇੰਟ ਦਾ ਚਾਂਸ ਵਧਣਾ ਹੀ ਵਧਣਾ ਹੈ। ਐਂਡ ਵਿਟਾਮਿਨ ਏ, ਵਿਟਾਮਿਨ ਏ ਕਿਹਦੇ 'ਚ ਹੁੰਦਾ? ਕੈਰਟਸ 'ਚ। ਸੋ ਕੈਰਟਸ ਇਜ਼ 1 ਨੈਚੁਰਲ ਵੇ ਆਫ ਇੰਪਰੂਵਿੰਗ ਯੋਰ ਵਿਟਾਮਿਨ ਏ ਲੈਵਲਸ। ਬਾਕੀ ਗਵਰਨਮੈਂਟ ਵੀ ਹੁਣ ਵਿਟਾਮਿਨ ਏ ਦਿੰਦੀ ਹੈ 9 months 'ਤੇ ਅਤੇ 15 months 'ਤੇ ਐਟ ਐਵਰੀ ਗਵਰਨਮੈਂਟ ਹੋਸਪਿਟਲ। ਜਦ ਸਾਡੀ ਮੀਜ਼ਲ ਮਮਸ ਐਂਡ ਰੁਬੈਲਾ ਦੀ ਵੈਕਸੀਨੇਸ਼ਨ ਹੁੰਦੀ ਹੈ ਉਹਦੇ ਨਾਲ ਗਵਰਨਮੈਂਟ ਗਿਵਸ ਵਿਟਾਮਿਨ ਏ ਡਰੋਪਸ ਟੂ ਐਵਰੀ ਚਾਈਲਡ, ਇਹੀ ਚੀਜ਼ ਪ੍ਰੀਵੈਂਟ ਕਰਨ ਲਈ। ਥੈਂਕ ਯੂ ਡਾਕਟਰ ਸਾਹਿਬ। ਅਤੇ ਇਹ ਸਨ ਸਾਡੇ ਨਾਲ ਡਾਕਟਰ ਵਿਕਰਮ ਬੇਦੀ, ਜਿਨ੍ਹਾਂ ਨੇ ਦੱਸਿਆ ਕਿ ਕਿੱਦਾਂ ਆਪਾਂ ਹੈਲਦੀ ਰਹਿ ਸਕਦੇ ਹਾਂ ਅਤੇ ਕਿੱਦਾਂ ਜੰਕ ਫੂਡ ਜੋ ਹੈ ਖਾਣ ਨੂੰ ਤਾਂ ਸਵਾਦ ਲੱਗਦਾ ਲੇਕਿਨ ਉਹ ਆਪਣੀ ਹੈਲਥ ਲਈ ਕਿੰਨਾ ਖਤਰਨਾਕ ਹੈ। ਜੋ ਆਪਾਂ ਫੋਨ ਦੀ ਵਰਤੋਂ ਕਰ ਰਹੇ ਹਾਂ ਬਹੁਤ ਜ਼ਿਆਦਾ ਵੱਧ ਗਈ ਰਿਹਾ ਹੈ ਨਾ, ਬੱਚਿਆਂ ਦੇ ਵਿੱਚ ਵੀ ਅਤੇ ਵੱਡਿਆਂ ਦੇ ਵਿੱਚ ਵੀ, ਅਤੇ ਉਹ ਅੱਗੇ ਜਾ ਕੇ ਆਪਾਂ ਨੂੰ ਕੀ ਨੁਕਸਾਨ ਕਰਦੀ ਹੈ, ਇਹਨਾਂ ਬਾਰੇ ਵੀ ਡਾਕਟਰ ਨੇ ਸਾਨੂੰ ਦੱਸਿਆ। ਕੈਮਰਾ ਪਰਸਨ ਨਿਤਿਨ ਦੇ ਨਾਲ ਮੈਂ ਸੁਪ੍ਰਿਆ ਝਾ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।